ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ, ਉਹਨਾਂ ਇਸ਼ੂਜ਼ ਨੂੰ ਅਸੀਂ ਚੱਕਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਜਦ ਡਾਇਲੋਗ ਦੀ ਗੱਲ ਹੁੰਦੀ ਹੈ ਤਾਂ ਇਸ ਮੰਚ ਨੂੰ ਸਜਾਇਆ ਜਾਂਦਾ। ਜ਼ਿਕਰਯੋਗ ਹੈ ਕਿ ਅਸੀਂ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਰੋਡ ਮੈਪ ਵੀ ਬਣਾਇਆ, ਕਮੈਂਟਸ ਵੀ ਦਿੱਤੇ, ਆਪਣੀ ਗੱਲ ਵੀ ਰੱਖੀ, ਉਹਨਾਂ ਸਿਆਸਤਦਾਨਾਂ ਨੂੰ ਵੀ ਲੈ ਕੇ ਆਏ। ਲੇਕਿਨ ਜਦ ਮੈਂ ਇਸ ਮੰਚ ਦੀ ਗੱਲ ਕਰਦਾ ਤਾਂ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਅਸੀਂ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਬਰੀਕੀ ਨਾਲ ਨਜ਼ਰ ਵੀ ਰੱਖੀਏ ਅਤੇ ਗੱਲ ਵੀ ਕਰੀਏ। ਇਸ ਮੰਚ ਦਾ ਮਕਸਦ ਸਿਰਫ ਪੰਜਾਬ ਨਾਲ ਸੰਬੰਧਿਤ ਨਹੀਂ ਜਾਂ ਫਿਰ ਭਾਰਤ ਨਾਲ ਸੰਬੰਧਿਤ ਨਹੀਂ, ਬਲਕਿ ਲੋਕਲ ਕੀ ਹੋ ਰਿਹਾ ਸਾਡੇ ਆਲੇ ਦੁਆਲੇ, ਖਾਸ ਤੌਰ 'ਤੇ ਨੌਰਥ ਅਮਰੀਕਾ ਦੇ ਵਿੱਚ, ਉਹਦੇ ਉੱਤੇ ਵੀ ਨਜ਼ਰ ਰੱਖਣ ਦੀ ਸਾਡੀ ਜ਼ਿੰਮੇਵਾਰੀ ਆ। ਜਦ ਅਸੀਂ ਇੱਥੇ ਆ ਕੇ ਵਸ ਗਏ ਹਾਂ ਤਾਂ ਜ਼ਿੰਮੇਵਾਰੀ ਸਾਡੀ ਇਹ ਬਣਦੀ ਹੈ ਕਿ ਅਸੀਂ ਭਗਦਾ ਮਸਲਾ ਜੋ ਕਿ ਇਸ ਧਰਤੀ ਦੇ ਉੱਤੇ ਇਸ ਟਾਈਮ ਗੂੰਜ ਰਿਹਾ, ਭਾਵੇਂ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜਦਾ ਹੋਵੇ, ਭਾਵੇਂ ਉਹ ਇੱਕ ਆਮ ਇਨਸਾਨ ਦੇ ਘਰ ਦੇ ਵਿੱਚ ਗੂੰਜਦਾ ਹੋਵੇ, ਤਾਂ ਕਾਬਲ ਗੌਰ ਹੈ ਕਿ ਸਾਡੀ ਨਜ਼ਰ ਵੀ ਉਸ ਪਾਸੇ ਤੁਰ ਪੈਂਦੀ ਆ। ਅਸੀਂ ਵਚਨਬੰਦ ਆ ਕਿ ਅਸੀਂ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਤੁਹਾਨੂੰ ਮੁਖਾਤਿਬ ਕਰਾਉਂਦੇ ਹਾਂ। ਅੱਜ ਜਿਹੜਾ ਮਸਲਾ ਅਸੀਂ ਇਸ ਮੰਚ ਦੇ ਉੱਤੇ ਚੁੱਕਣ ਜਾ ਰਹੇ ਹਾਂ, ਬੇਹੱਦ ਅਹਿਮ ਵਿਸ਼ਾ ਹੈਗਾ। ਉਹ ਉਸ ਵਿਸ਼ੇ ਦੇ ਉੱਤੇ ਗੱਲ ਕਰਨੀ, ਉਸ ਵਿਸ਼ੇ ਦੇ ਉੱਤੇ ਵਿਚਾਰ ਕਰਨੇ ਮੈਨੂੰ ਲੱਗਦਾ ਲਾਜ਼ਮੀ ਆ। ਸਾਡੇ ਕਈ ਭਰਾ, ਸਾਡੀ ਕਈ ਭੈਣਾਂ, ਸਾਡਾ ਕਈ ਪਰਿਵਾਰ ਜੋ ਕਿ ਸੱਤ ਸਮੁੰਦਰ ਪਾਰ ਅਸੀਂ ਕਹਿੰਦੇ ਹਾਂ, ਜਦ ਅਸੀਂ ਇੱਥੇ ਆ ਕੇ ਵਸੇ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪਿਆ। ਕਈਆਂ ਨੇ ਪੋਲੀਟੀਕਲ ਸਟੇ ਇੱਥੇ ਲਿੱਤਾ, ਜਿਹਨੂੰ ਅਸੀਂ ਅਸਾਇਲਮ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਕਿ ਇਸ ਮੁਲਕ ਦੇ ਉੱਤੇ ਆ ਕੇ ਅਸੀਂ ਸ਼ਰਨ ਲਈ। ਲੇਕਿਨ ਤੁਹਾਨੂੰ ਇਹ ਪਤਾ ਕਿ ਹੁਣ ਜਿਹੜੀ ਖਬਰ ਵਿਸ਼ਵ ਪੱਧਰ 'ਤੇ ਇਸ ਟਾਈਮ ਸੁਣਨ ਨੂੰ ਮਿਲ ਰਹੀ ਹੈ ਕਿ ਭਾਰਤ ਨੇ ਜਿਨ੍ਹਾਂ ਨੇ ਪੋਲੀਟੀਕਲ ਸਟੇ ਲਿਆ, ਜਿਨ੍ਹਾਂ ਨੇ ਸ਼ਰਨ ਲਈ ਹੈ ਖਾਸ ਤੌਰ 'ਤੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਉਹ ਇੰਡੀਆ ਜਾ ਸਕਦੇ ਹਨ। ਜਾ ਸਕਦੇ ਹਨ ਜਾਂ ਨਹੀਂ, ਇੱਕ ਸਵਾਲ ਵੱਡਾ ਆਪਣੇ ਆਪ 'ਚ ਬਣਿਆ ਹੋਇਆ। ਜੇਕਰ ਜਾਊਂਗੇ ਤਾਂ ਕੀ ਹੋਵੇਗਾ? ਔਰ ਜਦ ਤੁਸੀਂ ਇੱਥੋਂ ਦੀ ਪੋਲੀਟੀਕਲ ਸਟੇ ਲਿੱਤੀ ਹੈ ਤਾਂ ਤੁਸੀਂ ਕੀ ਕਿਹਾ ਸੀ? ਇਹ ਇੱਕ ਗੁੰਝਲਪਣਾ ਮੈਨੂੰ ਲੱਗਦਾ ਇਸ ਟਾਈਮ ਵੇਖਣ ਨੂੰ ਮਿਲ ਰਿਹਾ, ਅਤੇ ਅੱਜ ਇਸ ਮੰਚ ਦੇ ਉੱਤੇ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ। ਅਤੇ ਜਿਹੜੇ ਫੈਕਟਸ ਹਨ ਪੋਲੀਟੀਕਲ ਅਸਾਇਲਮ ਨੂੰ ਲੈ ਕੇ, ਉਹਦੇ ਉੱਤੇ ਵੀ ਵਿਚਾਰ ਕਰਾਂਗੇ। ਕਈ ਸਾਰੇ ਅਦਾਇਰੇ, ਕਈ ਸਾਰੀਆਂ ਸੰਸਥਾਵਾਂ ਇਸ ਗੱਲ ਨੂੰ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿ ਸਾਡੀ ਵੱਡੀ ਫਾਈਟ ਚੱਲ ਰਹੀ ਸੀਗੀ ਇੰਡੀਆ ਦੇ ਨਾਲ, ਇੰਡੀਆ ਦੀ ਗਵਰਨਮੈਂਟ ਦੇ ਨਾਲ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ, ਅਤੇ ਉਹਨਾਂ ਦੀ ਇੱਕ ਵੱਡੀ ਜਿੱਤ ਹੋਈ ਹੈ। ਲੇਕਿਨ ਜਸ ਪੰਜਾਬੀ ਕਿਸੇ ਵੀ ਅਦਾਇਰੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਨਾ ਕਿ ਕਿਸੇ ਸਿਆਸਤਦਾਨ ਨੂੰ ਅੱਜ ਅਸੀਂ ਇਸ ਮੰਚ ਦੇ ਉੱਤੇ ਲਿਆਉਣਾ ਚਾਹੁੰਦੇ ਹਨ। ਇਹ ਜ਼ਿੰਮੇਵਾਰੀ ਬਣਦੀ ਹੈ ਸਾਡੀ ਕਿ ਅਸੀਂ ਫੈਕਟਸ ਦੇ ਉੱਤੇ ਗੱਲ ਕਰੀਏ, ਔਰ ਉਹਨਾਂ ਫੈਕਟਸ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇਗਾ, ਕੀ ਕੁਝ ਦਸਤਕ ਹੈਗੀ ਹੈ, ਇਹ ਇੱਕ ਸਵਾਲ ਆਪਣੇ ਆਪ 'ਚ ਵੱਡਾ ਬਣਿਆ ਹੋਇਆ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਮੁਖਾਤਿਬ ਕਰਾਉਣਾ ਚਾਹੁੰਦਾ ਇੱਕ ਸ਼ਖਸੀਅਤ ਦੇ ਨਾਲ, ਜੋ ਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ, ਔਰ ਜੋ ਇਸ ਬਾਰੇ ਉਹ ਚਾਨਣਾ ਵੀ ਪਾਉਣਗੇ ਕਿ ਪੋਲੀਟੀਕਲ ਸਟੇਕ ਕਿਹਨੂੰ ਮਿਲਦੀ ਹੈ, ਔਰ ਡੋਨਲਡ ਟਰੰਪ ਜਦ ਤੋਂ ਹੋਂਦ ਦੇ ਵਿੱਚ ਆਏ ਹਨ, ਜਦ ਤੋਂ ਪ੍ਰੈਜੀਡੈਂਟ ਬਣੇ ਹਨ, ਅਤੇ ਕੀ ਕੁਝ ਤਬਦੀਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲ ਅਸਾਇਲਮ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ, ਔਰ ਜਿਨ੍ਹਾਂ ਨੇ ਪੋਲੀਟੀਕਲ ਅਸਾਇਲਮ ਲਿੱਤੀ ਹੈ ਕੀ ਉਹ ਭਾਰਤ ਜਾ ਸਕਦੇ ਹਨ? ਕਿਉਂਕਿ ਭਾਰਤ ਦਾ ਕਹਿੰਦਾ ਕਿ ਤੁਸੀਂ ਆ ਜਾਓ, ਅਸੀਂ ਉਹਨਾਂ ਸਾਰੀ ਸੂਚੀਆਂ ਨੂੰ ਖਤਮ ਕਰਤਾ, ਜੇਕਰ ਤੁਸੀਂ ਉੱਥੇ ਪੋਲੀਟੀਕਲ ਸਟੇ ਲੈ ਕੇ ਰੁਕੇ ਹੋ ਤਾਂ ਤੁਹਾਡਾ ਭਾਰਤ ਦੇ ਵਿੱਚ ਸਵਾਗਤ ਹੈ। ਔਰ ਜਦ ਮੈਂ ਇਹਨੂੰ ਪੋਲੀਟੀਕਲ ਐਂਗਲ ਦੇ ਨਾਲ ਵੇਖਦਾ, ਇਹ ਫੈਸਲਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ 2019 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਉਂ ਸਾਹਮਣੇ ਆ ਰਿਹਾ। ਕੀ ਇਹ ਵਾਕਈ ਹੀ ਇਲੈਕਸ਼ਨ ਸਟੰਟ ਹੈ? ਕਿ ਵਾਕਈ ਹੀ ਵਚਨਬੰਦ ਹੈ ਭਾਰਤ ਸਰਕਾਰ ਕਿ ਉਹ ਖਤਮ ਕਰਨਾ ਚਾਹੁੰਦੀ ਹੈ, ਜਾਂ ਫਿਰ ਸਿਰਫ ਇਹ ਵੀ ਜੁਮਲਾ ਹੈ? ਇਹਦੀ ਵੀ ਛਾਣਬੀਨ ਅਸੀਂ ਜ਼ਰੂਰ ਕਰਾਂਗੇ।
मैं लेके आवांगा एक शख्सियत नूं जो कि इस बारे मैनूं जरूर सवाल दसणगे क्योंकि वह भारत गए सीगे हाल फिलहाल दे विच और उत्थे दी की स्थिति इस टाइम बनी हुई है वह जानकारी भी मैं जरूर लवांगा। लेकिन फैक्ट्स की हैं वो जानना साढ़े लिए बेहद जरूरी है। तो मेरे नाल स्टूडियो दे विच मौजूद हैं कम्यूनिटी नूं रीप्रजेंट करते हैं और कई वड्डे केसिस दे उत्ते उन्होंने पैरवी की है और जब इमीग्रेशन की गल आती है तो न्यूयॉर्क दे विच यह चेहरा सामने आता जो कि अहम जानकारी कम्यूनिटी नूं भी दिंदा और उन्हां सारे क्लाइंट्स नूं दिंदा जो कि इमीग्रेशन नूं लैके अमेरिका दे विच रुजा के रुकना चाहते हैं या उन्होंने कोई दबाव जब पंजाब तो मिलता पॉलिटिकल स्टे उन्होंने लेनी होंगी है तो या फिर उन्होंने इमीग्रेशन का कोई भी मसला है क्योंकि जस ब्रॉडकास्टिंग की जिम्मेवारी बन जाती है कि तुम उन्होंने अटर्नीज नाल असी रूबरू कराइए जिन्होंने वाकई ही नॉलेज है और जिन्हों के केसिस अपरूव भी होए हैं और जिन्होंने ब्लंटली कहा कि तुहाडा काम हो सकता या नहीं हो सकता वो हैं प्रीत गिल। मैं उन्होंने जी आई एन करदा प्रीत गिल तुहाडा बहुत बहुत स्वागत है साडे स्टूडियो दे विच। सत श्री अकाल तुहाडा धन्यवाद मैं इतने शो दे लैके आने का बहुत बहुत शुक्रिया। तो प्रीत गिल अज सानू जरूर दसणगे कि पोलिटिकल असाइलम दे विच की कुछ तब्दीलियां हुण आने वाले समय दे विच वेखण नूं मिल सकदियां हन और जिहड़ा यह हुण एक सुनेहा भारत के गलियारे तो इत्थे पहुंचिया सत समुंदर पार उहदे विच की कुछ है यह मसला नहीं है यही अज का मुद्दा। मिलते हैं ब्रेक तो बाद। तो जिन्होंने लिती है पोलिटिकल स्टे उन्हों का हुण की बनू यह भारत सरकार भी कहती है लेकिन अमरीकन गौरमेंट की कहती है यह जानने की कोशिश कर रहे हैं। ब्रेक तो बाद मेरे सारे दर्शकों का स्वागत है। मेरे नाल स्टूडियो दे विच मौजूद हैं प्रीत गिल। इस बारे वधेरी जानकारी देने दे लई मैं प्रीत तो पहला सवाल यही पूछना चाहुंदा प्रीत की समझाउंदा सानू पोलिटिकल असाइलम और अमरीका दे विच डोनल्ड ट्रंप हुण असाइलम नूं किस तरीके नाल वेख रहे हन की कुछ तब्दीलियां ओ लियाण वाले ने आने वाले समय दे विच। तुसी तां बड़ा लंबा चौड़ा क्वेश्चन पूछ लिया भाई। ओके साडा पहला पहला क्वेश्चन आ असाइलम की हुंदा राइट जिहड़े अमेरिका ते कई जिहड़े दूसरे जिहड़े मुल्क आ ओह बेसिकली अपने दरवाजे खुले रखदे आ कि जे तुहानूं अपने देश विच हैगा डर खतरा हैगा यू नो बिकॉज हर एक रीजन लई नहीं हुंदा पर जे तुहाडा पोलिटिकल ओपीनियन आ तुहाडा रिलीजन करके आ ठीक आ ना तुहाडी नैशनैलिटी मतलब जिवें तुसीं रशिया विच रहि रहे आ फॉर एग्जाम्पल तुसीं किसी होर नैशनैलिटी तो आ राइट तुहाडी जिहड़ी सोशल जिहड़ी हैगी इनवॉल्वमेंट फॉर एग्जाम्पल जिहड़े गेज हुंदे आ राइट या लाइक बेसिकली जिहड़ी तुहाडी रेस हुंदी आ इह जिहड़े पंज तरीके हुंदे इहदे बेसिक जे तुहानूं खतरा हैगा जे तुसीं फिट करदे आ फिर अमेरिका कहिंदी है कि मैं तुहानूं चांस दिंदी हाँ राइट कि तुसीं इत्थे आओ तुसीं अप्लाई करो ते तुहानूं असीं इत्थे असाइलम दिंदे कि तुसीं इत्थे रह सकदे आ। ठीक है जी। ठीक आ ते हुण प्रॉब्लम इह है कि बिकॉज़ अमेरिका लोकां नूं इह चांस दे रही है कि तुसीं आओ ते अपना दसो कि तुहाडी की प्रॉब्लम आ हुण सारे एकदम ਆਉਣ ਲੱਗ ਗਏ ਵਿਚ ਇਜ਼ ਇਹੀ ਤਾਂ ਮੀਨਿੰਗ ਆ ਕਿ ਤੁਸੀਂ ਅਮੈਰੀਕਾ ਹਮੇਸ਼ਾ ਕਹਿ ਰਹੀ ਹੈ ਜਦੋਂ ਸਟੈਚੂ ਲਿਬਰਟੀ ਖੋਲੀ ਸੀਗੀ ਹੈ ਨਾ ਤੁਸੀਂ ਸਾਰੇ ਆਓ ਜਿਹੜੇ ਥੱਕੇ ਹੋਏ ਆ ਜਿਹੜੇ ਅਬਿਊਜ਼ ਹੋਏ ਹੋਏ ਤੁਸੀਂ ਆਓ ਰਾਈਟ ਪਰ ਆਫਟਰ ਵਾਇਲ ਕੀ ਹੋ ਰਿਹਾ ਕਿ ਹੁਣ ਉਹਨਾਂ ਦੇ ਬਾਰਡਰ ਵਿੱਚ ਉਹ ਸੋਚ ਰਹੇ ਕਿ ਇਸ਼ੂ ਹੈਗੇ ਆ। ਠੀਕ ਹੈ ਸੋ ਹੁਣ ਜਿਹੜੀ ਆਪਣੀ ਐਡਮਿਨਿਸਟ੍ਰੇਸ਼ਨ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਥੋੜ੍ਹੇ ਚੇਂਜਸ ਲੈ ਕੇ ਆ ਰਹੀਆਂ ਥੋੜ੍ਹੀਆਂ ਨੀਗੀਆਂ ਉਹ ਬਹੁਤ ਵੱਡੀਆਂ। ਮੈਂ ਜ਼ਰੂਰ ਜਾਣਨਾ ਚਾਹਾਂਗਾ ਉਹ ਚੇਂਜਸ ਕੀ ਆ ਰਹੀਆਂ ਨੇ। ਓਕੇ ਸੋ ਜਿਹੜੀਆਂ ਰੀਸੈਂਟ ਜਿਹੜੀਆਂ ਅਸਾਈਲਮ ਬੇਸ ਜਿਹੜੀਆਂ ਹੈਗੀਆਂ ਪਹਿਲੀ ਹੈਗੀ ਆ ਕਿ ਥੋੜ੍ਹੇ ਹਫ਼ਤੇ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਜੇ ਤੁਸੀਂ ਅਸਾਈਲਮ ਲਈ ਇੱਥੇ ਤੁਸੀਂ ਆਏ ਆ ਈਵਨ ਦੋ ਤੁਹਾਡੀ ਐਂਟਰੀ ਇੱਥੇ ਇਲੀਗਲ ਆ ਸੀ ਤੁਸੀਂ ਬਾਰਡਰ ਟੱਪ ਕੇ ਆਏ ਤੁਹਾਡੇ ਕੋਲ ਕੋਈ ਵੀਜ਼ਾ ਹੈ ਨਹੀਂਗਾ ਰਾਈਟ ਨੋਰਮਲੀ ਕੀ ਕਰਦੇ ਸੀ ਇੱਕ ਵਾਰੀ ਉਹ ਡਿਸਾਈਡ ਕਰਦੇ ਸੀ ਕਿ ਹਾਂ ਤੁਹਾਨੂੰ ਲੱਗਦਾ ਤੁਹਾਡੇ ਕੋਲ ਖਤਰਾ ਹੈਗਾ ਰਾਈਟ ਤੁਹਾਨੂੰ ਫਿਰ ਬੌਂਡ ਦੇ ਕੇ ਛੱਡ ਦਿੰਦੇ ਸੀਗੇ ਤੁਸੀਂ ਜਿੱਥੇ ਵੀ ਰਹਿਣਾ ਤੁਸੀਂ ਕਰ ਸਕਦੇ ਆ ਆਪਣੀ ਯੂ ਨੋ ਨੋਰਮਲ ਲਾਈਫ ਲਿਵ ਕਰ ਸਕਦੇ ਆ। ਹੁਣ ਉਹਨਾਂ ਨੇ ਲਿੱਤਾ ਡਿਸੀਜਨ ਕਿ ਤੁਹਾਨੂੰ ਐਕਚੁਅਲੀ ਜਿਹੜਾ ਬੌਂਡ ਆ ਨਾ ਉਹਨੇ ਤੁਹਾਨੂੰ ਕੋਈ ਉਹਦੇ ਰਾਈਟ ਹੈ ਨਹੀਂਗਾ ਕਿ ਉਹ ਡਿਸਾਈਡ ਕਰ ਰਿਹਾ ਕਿ ਜਿੰਨਾ ਚਿਕਰ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਸ਼ੁਰੂ ਜਾ ਰਹੀ ਆ ਉਹ ਤੁਹਾਨੂੰ ਡਿਟੈਂਸ਼ਨ ਵਿੱਚ ਰੱਖਣਗੇ। ਓਕੇ ਠੀਕ ਆ ਸੋ ਦੈਟ ਇਹ ਪਹਿਲੀ ਗੱਲ ਸੀਗੀ। ਦੂਸਰੀ ਗੱਲ ਜਿਹੜੀ ਹੁਣ ਚੇਂਜ ਕਰ ਰਿਹਾ ਉਹ ਮੈਮੋ ਆਇਆ ਸੀਗਾ ਬਾਈ ਟਰੰਪ ਰਾਈਟ ਔਰ ਐਡਮਿਨਿਸਟ੍ਰੇਸ਼ਨ ਵਿੱਚ ਕਿ ਉਹ ਚੇਂਜ ਕਰਨਾ ਚਾਹੁੰਦੇ। ਪਹਿਲੀ ਗੱਲ ਚੇਂਜ ਕਰਨਾ ਚਾਹੁੰਦੇ ਆ ਕਿ ਜਿਹੜੀ ਐਪਲੀਕੇਸ਼ਨ ਆ ਠੀਕ ਹੈ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹਦੇ ਵਿੱਚ ਕੋਈ ਫੀਸ ਨਹੀਂ ਹੁੰਦੀ।
ਕਿਉਂਕਿ ਅਗੇਨ ਜਿਹੜੀ ਗਵਰਨਮੈਂਟ ਦਾ ਸੀਗਾ ਡਿਸੀਜਨ ਸੀਗਾ ਕਿ ਜਦੋਂ ਤੁਸੀਂ ਅਸਾਈਲਮ ਲਈ ਐਪਲੀਕੇਸ਼ਨ ਭਰ ਰਹੇ ਆ ਤੁਹਾਨੂੰ ਹੋਰ ਕੋਈ ਉੱਤੇ ਬਰਡਨ ਨਾ ਤੁਹਾਡੇ 'ਤੇ ਹੋਏ, ਰਾਈਟ? ਉਹ ਚੇਂਜ ਕਰਨਾ ਚਾਹੁੰਦੇ ਕਿ ਐਪਲੀਕੇਸ਼ਨ ਫੀ ਹੋਣੀ ਚਾਹੀਦੀ ਆ, ਕੀ ਉਹ ਫੀ ਹੋਊਗੀ ਕਿਸੇ ਨੂੰ ਨਹੀਂ ਹਾਲੇ ਪਤਾ, ਠੀਕ ਆ? ਦੂਸਰੀ ਚੀਜ਼ ਉਹ ਕਹਿ ਰਹੇ ਆ ਕਿ ਜਿਹੜੀ ਇਹ ਕੋਈ ਨਵੀਂ ਚੀਜ਼ ਨੀਗੀ, ਜਨਰਲੀ ਜਿਹੜਾ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਉਹ ਚਾਹੁੰਦੇ ਆ ਕਿ 180 ਦਿਨਾਂ ਵਿੱਚ ਖਤਮ ਹੋ ਜਾਏ, ਸਟਾਰਟ ਟੂ ਫਿਨਿਸ਼, ਪਰ ਬਿਕਾਜ਼ ਆਪਣੇ ਜਿਹੜੇ ਕੋਰਟਸ ਆ ਉਹ ਇੰਨੇ ਬੈਕਲੌਗ ਹੋਏ ਹੋਏ ਆ, ਰਾਈਟ, ਇੰਨੇ ਲੋਕ ਆ ਰਹੇ ਆ ਕਿ 180 ਦਿਨ ਵਿੱਚ ਅਸਾਈਲਮ ਦਾ ਕੋਈ ਕੇਸ ਖਤਮ ਹੁੰਦਾ ਨਹੀਂ, ਮੋਸਟ ਲਾਈਕਲੀ 5-6-7-8 ਸਾਲ ਲੱਗ ਜਾਂਦੇ ਆ, ਰਾਈਟ? ਸੋ ਉਹ ਕਹਿੰਦੇ ਕਿ 180 ਦਿਨਾਂ ਵਿੱਚ ਉਹਨਾਂ ਨੇ ਉਹ ਫਿਨਿਸ਼ ਕਰਨਾ, ਰਾਈਟ? ਤੀਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਆ, ਠੀਕ ਆ ਨਾ, ਕਿ ਆਪਣਾ ਕੋਈ ਵੀ ਜਿਹੜਾ ਅਸਾਈਲਮ ਲਈ ਇੱਥੇ ਆਉਂਦਾ ਅਤੇ ਇੱਕ ਵਾਰੀ ਉਹ ਅਸਾਈਲਮ ਲਈ ਫਾਈਲ ਕਰਦੇ ਅਤੇ ਉਹਨਾਂ ਦਾ ਕਲੋਕ ਸ਼ੁਰੂ ਹੋ ਜਾਂਦਾ, ਰਾਈਟ? ਉਹਨੂੰ ਕਲੋਕ ਕਹਿੰਦੇ ਆ, ਉਹ ਵਰਕ ਆਥੋਰਾਈਜੇਸ਼ਨ ਦਾ ਕਲੋਕ ਹੁੰਦਾ। ਉਹ ਕਹਿੰਦੇ ਕਿ ਤੁਸੀਂ ਜੇ 180 ਦਿਨ ਲਈ ਹੋ ਗਏ ਆ ਤੁਹਾਡੀ ਜੇ ਐਪਲੀਕੇਸ਼ਨ ਪੈਂਡਿੰਗ ਆ, ਰਾਈਟ, ਅਤੇ ਹਾਲੇ ਕੋਈ ਡਿਸੀਜਨ ਨਹੀਂ ਆਇਆ, ਅਸੀਂ ਤੁਹਾਨੂੰ ਵਰਕ ਆਥੋਰਾਈਜੇਸ਼ਨ ਦੇਵਾਂਗੇ। ਓਕੇ, ਉਹ ਤਾਂ ਹੋਣਾ ਹੀ ਹੋਣਾ ਜਦੋਂ 7-8 ਸਾਲ ਲੱਗ ਜਾਂਦੇ ਆ, ਰਾਈਟ? ਸੋ ਬੈਨੀਫਿਟ ਇਹ ਹੁੰਦਾ ਕਿ ਜਿਹੜੇ ਆਪਣੇ ਲੋਕ ਇੱਥੇ ਆਉਂਦੇ ਅਸਾਈਲਮ ਲਈ ਉਹਨਾਂ ਨੂੰ ਕੰਮ ਕਰਨ ਲਈ ਮੌਕਾ ਮਿਲਦਾ, ਸੋਸ਼ਲ ਸਿਕਿਉਰਿਟੀ ਮਿਲਦਾ। ਹੁਣ ਉਹ ਕਹਿ ਰਹੇ ਆ, ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਕਿ ਜੇ ਤੁਸੀਂ ਇੱਥੇ ਵਿਦਆਊਟ ਵੀਜ਼ਾ, ਬੇਸਿਕਲੀ ਉਹਨੂੰ ਕਹਿੰਦੇ ਇਲੀਗਲੀ, ਆਈ ਹੇਟ ਦੈਟ ਵਰਡ, ਰਾਈਟ, ਇਲੀਗਲੀ, ਪਰ ਤੁਸੀਂ ਜੇ ਲੀਗਲ ਰਸਤੇ ਨਹੀਂ ਆਏ, ਰਾਈਟ, ਫਿਰ ਈਵਨ ਜੋ ਤੁਸੀਂ ਅਸਾਈਲਮ ਲਈ ਫਾਈਲ ਕਰੋਗੇ ਤੁਹਾਨੂੰ ਵਰਕ ਆਥੋਰਾਈਜੇਸ਼ਨ ਨਹੀਂ ਮਿਲੇਗਾ। ਓਕੇ ਓਕੇ, ਸੋ ਦੀਜ਼ ਆਰ ਦ ਚੇਂਜਸ। ਪਹਿਲਾਂ ਤੁਹਾਨੂੰ ਮਿਲ ਜਾਂਦਾ ਸੀ ਕਿ ਤੁਸੀਂ ਵਰਕ ਆਥੋਰਾਈਜੇਸ਼ਨ ਜਿਵੇਂ ਤੁਸੀਂ ਅਸਾਈਲਮ ਫਾਈਲ ਕੀਤੀ ਤਾਂ ਤੁਹਾਡੇ ਘਰ ਪਹੁੰਚ ਜਾਂਦਾ ਸੀਗਾ, ਵਟ ਐਵਰ, ਲੇਕਿਨ ਹੁਣ ਤੁਹਾਨੂੰ ਉਹ ਆਥੋਰਾਈਜੇਸ਼ਨ ਵੀ ਨਹੀਂ ਮਿਲ ਸਕਦੀ। ਆਹ ਵੀ ਇੱਕ ਵੱਡਾ ਫੈਸਲਾ ਆ ਸਕਦਾ, ਯੈਸ ਆ ਸਕਦਾ। ਹੁਣ ਦੇਖਾਂਗੇ ਕਿ ਲਾਈਕ ਮੋਸਟ ਲਾਈਕਲੀ ਇਹਨਾਂ ਨੇ 90-120 ਦਿਨ 'ਚ ਕਰ ਦੇਣਾ, ਪਰ ਹੁਣ ਵੇਖਦੇ ਹਾਂ ਕਿ ਕਿਹੜੇ ਲਾਅ ਸੂਟ ਫਾਈਲ ਹੋਣਗੇ, ਕੀ ਹੋਏਗਾ, ਉਹ ਤਾਂ ਹੁਣ ਫਿਊਚਰ 'ਚ ਆਪਾਂ ਪਤਾ ਲੱਗੂਗਾ। ਲੇਕਿਨ ਅੱਜ ਦਾ ਸਾਡਾ ਜਿਹੜਾ ਵੱਡਾ ਸਵਾਲ ਹੈ ਬਣਦਾ ਹੈ ਕਿ ਜਿਹੜੀ ਭਾਰਤ ਤੋਂ ਖਬਰ ਆ ਰਹੀ ਹੈ ਕਿ ਜੀ ਗ੍ਰੀਨ ਕਾਰਡ ਜਿਨ੍ਹਾਂ ਨੇ ਲਿਆ ਪੋਲੀਟੀਕਲ ਅਸਾਈਲਮ ਦੇ ਬੇਸਿਸ ਦੇ ਉੱਤੇ, ਉਹ ਮੁੜ ਤੋਂ ਭਾਰਤ ਜਾ ਸਕਦੇ ਹਨ, ਪੰਜਾਬ ਜਾ ਸਕਦੇ ਹਨ, ਆਪਣੀ ਫੈਮਿਲੀਜ਼ ਨੂੰ ਜਾ ਕੇ ਉੱਥੇ ਮਿਲ ਸਕਦੇ ਹਨ, ਔਰ ਖੁੱਲ੍ਹੀ ਉਹਨਾਂ ਨੂੰ ਜਿਹੜੀ ਐਂਟਰੀ ਆ ਉਹ ਦਰਵਾਜ਼ੇ ਭਾਰਤ ਵੱਲੋਂ ਖੋਲ੍ਹੇ ਗਏ ਹਨ। ਕਈ ਸਾਰੇ ਅਦਾਰੇ ਸੰਸਥਾਵਾਂ ਇਸ ਬਾਰੇ ਲੜਦੀਆਂ ਹੋਈਆਂ ਵੀ ਆ ਰਹੀਆਂ ਸਨ, ਲੇਕਿਨ ਖਬਰ ਦੇ ਉੱਤੇ ਮੋਹਰ ਤਦ ਲੱਗਦੀ ਹੈ ਕਿ ਜਦ ਉਹਨੂੰ ਅਸੀਂ ਔਥੈਂਟੀਕੇਟ ਕਰੀਏ ਕਿ ਵਾਕਈ ਹੀ ਇਹ ਹੋਣ ਵਾਲਾ ਕੀ ਹੈ, ਹੋ ਸਕਦਾ ਹੈ ਲੀਗਲੀ, ਇਹ ਇੱਕ ਵੱਡਾ ਸਵਾਲ ਹੈ। ਪ੍ਰੀਤ, ਤੁਹਾਨੂੰ ਕੀ ਲੱਗਦਾ? ਸੋ ਲੱਗਦਾ ਤਾਂ ਬੜਾ ਚੰਗਾ, ਰਾਈਟ, ਕਿ ਤੁਸੀਂ ਆਲ ਆਫ ਅ ਸਡਨ ਤੁਸੀਂ ਜਿਹੜਾ ਕਹਿੰਦੇ ਨਾ ਬਲੈਕ ਲਿਸਟ ਕਹਿੰਦੇ ਆ ਕਿ ਤੁਸੀਂ ਬਲੈਕ ਲਿਸਟ ਨਹੀਂ ਹੈ, ਤੁਸੀਂ ਵਾਪਸ ਜਾ ਸਕਦੇ ਹਾਂ, ਪਰ ਉਹ ਰੀਲੀ ਕਿਹਨੂੰ ਬੈਨੀਫਿਟ ਕਰ ਰਿਹਾ? ਬਿਕਾਜ਼ ਜਿਹੜਾ ਐਂਡ 'ਤੇ ਜਿਹੜੀ ਇਸ਼ੂ ਆ ਅਸਾਈਲਮ ਦੀ ਉਹ ਹੈਗੀ ਆ ਕਿ ਜੇ ਮੈਂ ਆਪਣੇ ਕੰਟਰੀ ਵਾਪਸ ਗਿਆ ਜਾਂ ਗਈ, ਮੇਰੀ ਲਾਈਫ ਨੂੰ ਖਤਰਾ ਅਤੇ ਮੈਨੂੰ ਮੌਤ ਵੀ ਹੋ ਸਕਦੀ ਆ, ਰਾਈਟ? ਸਿਰਫ ਆਲ ਆਫ ਅ ਸਡਨ ਹੁਣ ਜੇ ਇਹ ਓਪਨ ਕਰਤਾ ਇੰਡੀਆ ਨੇ ਕਿ ਤੁਸੀਂ ਆ ਜਾ ਸਕਦੇ ਆ, ਇਹਦੇ ਤੁਹਾਡੇ ਇੱਥੇ ਅਮੈਰੀਕਾ ਨੇ ਕਹਿਣਾ, ਵੇਟ ਅ ਮਿੰਟ, ਤੁਸੀਂ ਜੇ ਵਾਪਸ ਗਏ ਸੀਗੇ, ਤੁਸੀਂ ਤਾਂ ਕਹਿੰਦੇ ਸੀ ਕਿ ਜੇ ਮੈਂ ਵਾਪਸ ਗਿਆ, ਰਾਈਟ, ਮੇਰੀ ਜਾਨ ਨੂੰ ਖਤਰਾ, ਅਤੇ ਤੁਸੀਂ ਜਾਂਦੇ ਆ ਰਹੇ ਹਾਂ, ਸੋ ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਲੋਕਾਂ ਨੂੰ ਹੈਲਪ ਕਰੂਗਾ। ਠੀਕ ਹੈ, ਰਾਈਟ? ਸੋ ਦੇਰ ਇਜ਼ ਮੈਨੀ ਫੈਕਟਰਸ ਹੈ, ਕਿੱਥੇ ਹਜੇ ਨਾ ਕਨਫਿਊਜ਼ਨ ਹੈਗੀ ਹੈ, ਲੇਕਿਨ ਇੱਥੇ ਜਿਹੜੇ ਇੰਡੀਅਨ ਮਿਸ਼ਨ ਹੈਗੀ ਹੈ ਉਹ ਖਬਰ ਹੈ ਸਾਹਮਣੇ ਆਈ ਹੈ ਕਿ ਹੁਣ ਉਹ ਕੌਂਸਲਿੰਗ ਸ਼ੁਰੂ ਕਰੇਗੀ, ਅਤੇ ਉਸ ਕੌਂਸਲਿੰਗ ਦੇ ਵਿੱਚੋਂ ਕੀ ਕੁਝ ਦੱਸੇਗੀ, ਕੀ ਕੁਝ ਜਿਹੜੀ ਫੈਸਲੇ ਲਿਖੇ ਗਏ ਹਨ ਹਾਲ ਫਿਲਹਾਲ ਦੇ ਵਿੱਚ ਜੋ ਸਾਹਮਣੇ ਆਏ ਹਨ ਉਹਦੇ ਵਿੱਚ ਕਿੰਨੀ ਸੱਚਾਈ ਆ। ਕਿਉਂਕਿ ਜਦ ਤੁਸੀਂ ਇੱਥੇ ਪੋਲੀਟੀਕਲ ਸਟੇ ਲੈਂਦੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਖਤਰਾ ਹੈ, ਜਿਸ ਕਰਕੇ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ, ਔਰ ਫਿਰ ਤੁਹਾਨੂੰ ਸ਼ਰਨ ਦਿੱਤੀ ਜਾਂਦੀ ਹੈ ਇਸ ਧਰਤੀ ਦੇ ਉੱਤੇ, ਤੁਹਾਨੂੰ ਵਰਕ ਆਥੋਰਾਈਜੇਸ਼ਨ ਦਿੱਤਾ ਜਾਂਦਾ ਬਕਾਇਦਾ ਤੌਰ ਦੇ ਉੱਤੇ, ਜਦ ਤੁਹਾਨੂੰ ਤੁਹਾਡਾ ਕੇਸ ਅਪਰੂਵ ਹੁੰਦਾ ਫਿਰ ਤੁਸੀਂ ਗ੍ਰੀਨ ਕਾਰਡ ਦਾ ਜਿਹੜਾ ਲਾਭ ਹੈ ਉਹ ਲੈ ਸਕਦੇ ਹੋ, ਤੁਹਾਨੂੰ ਗ੍ਰੀਨ ਕਾਰਡ ਮਿਲਦਾ। ਲੇਕਿਨ ਗ੍ਰੀਨ ਕਾਰਡ ਦੇ ਉੱਤੇ ਪ੍ਰੀਤ ਇਹ ਗੱਲ ਮੈਂਸ਼ਨ ਹੁੰਦੀ ਹੈ ਕਿ ਪੋਲੀਟੀਕਲ ਸਟੇ ਤੁਸੀਂ ਲਿੱਤਾ ਹੋਇਆ, ਜਿਸ ਕਰਕੇ ਤੁਹਾਨੂੰ ਯੂਨਾਈਟਡ ਸਟੇਟਸ ਆਫ ਅਮੈਰੀਕਾ ਨੇ ਗ੍ਰੀਨ ਕਾਰਡ ਦਿੱਤਾ। ਯਾ, ਬਿਕਾਜ਼ ਹਰ ਇੱਕ ਗ੍ਰੀਨ ਕਾਰਡ ਵਿੱਚ ਕੈਟਾਗੋਰੀ ਲਿਖੀ ਹੁੰਦੀ ਕਿ ਤੁਸੀਂ ਕਿਸ ਕੈਟਾਗੋਰੀ ਵਿੱਚ ਸਾਨੂੰ ਗ੍ਰੀਨ ਕਾਰਡ ਮਿਲਿਆ ਹੋਇਆ। ਦੂਸਰੀ ਗੱਲ ਇਹ ਆ, ਅੱਜ ਆਪਣੇ ਹੁਣ ਜਿਹੜੀ ਏਜ ਆਫ ਟੈਕਨੋਲੋਜੀ ਆ, ਸਭ ਕੁਝ ਰੈਕਰਡ ਆਨਲਾਈਨ ਹੈਗਾ, ਰਾਈਟ? ਸੋ ਉਹਨਾਂ ਨੂੰ ਜਦੋਂ ਤੁਸੀਂ ਬਾਰਡਰ 'ਤੇ ਪਾਸ ਕਰਦੇ ਹੋ, ਉਹਨਾਂ ਨੂੰ ਆਟੋਮੈਟਿਕਲੀ ਤੁਹਾਡਾ ਸਾਰਾ ਸਿਸਟਮ ਪਤਾ ਕਿ ਤੁਸੀਂ ਕਿਹੜਾ ਤੁਹਾਡਾ ਕੀ ਇਸ਼ੂ ਆ, ਤੁਸੀਂ ਕਿਵੇਂ ਗ੍ਰੀਨ ਕਾਰਡ ਲਿੱਤਾ, ਐਂਡ ਐਵਰੀਥਿੰਗ ਇਜ਼ ਗੋਇੰਗ ਔਨ। ਸੋ ਯਾ ਯਾ, ਅਤੇ ਮੇਰੇ ਜ਼ਿਹਨ ਦੇ ਵਿੱਚ ਕਈ ਸਵਾਲ ਚੱਲ ਰਹੇ ਹੈ, ਲੇਕਿਨ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਸਵਾਲ ਚੱਲ ਰਹੇ ਹਨ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਸਾਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ, ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਗਿਆ ਹੈ ਕਿ ਸਿਰਫ ਇਹ ਖੁਸ਼ੀ ਲਿਆਉਣ ਦੇ ਲਈ, ਤਾਂ ਕਿ ਜਿਹੜੀ ਹਾਲ ਫਿਲਹਾਲ ਦੇ ਵਿੱਚ ਗਵਰਨਮੈਂਟ ਉੱਥੇ ਹੈ ਉਹਨੂੰ ਸਪੋਰਟ ਮਿਲ ਸਕੇ। ਇਹ ਵੀ ਜਾਣਕਾਰੀ ਸਾਡੇ ਕਈ ਸਾਰੇ ਜਿਹੜੇ ਸੂਤਰ ਹਨ ਉਹ ਦਿੰਦੇ ਹੋਏ ਨਜ਼ਰ ਆ ਰਹੇ ਹਨ, ਅਤੇ ਲੇਕਿਨ ਮੈਂ ਇੱਕ ਸ਼ਖਸੀਅਤ ਨੂੰ, ਇੱਕ ਪੈਨਲਿਸਟ ਸਾਡੇ ਨਾਲ ਹੋਰ ਵੀ ਬ੍ਰੇਕ ਤੋਂ ਬਾਅਦ ਜੁੜਨਗੇ,
ਜੋ ਕਿ ਕਾਫੀ ਲੰਬੇ ਸਮੇਂ ਤੋਂ ਲੜਦੇ ਹੋਏ ਆ ਰਹੇ ਸੀਗੇ ਔਰ ਇੱਕ ਅਦਾਇਰੇ ਨਾਲ ਉਹ ਰਾਬਤਾ ਵੀ ਰੱਖਦੇ ਹਨ ਹਾਲ ਫਿਲਹਾਲ ਦੇ ਵਿੱਚ ਉਹ ਇੰਡੀਆ ਵੀ ਹੋ ਕੇ ਆਏ ਹਨ ਉੱਥੇ ਦੀ ਜਾਣਕਾਰੀ ਇਸ ਬਾਰੇ ਜਾਣਕਾਰੀ ਵੀ ਲੈ ਕੇ ਆਏ ਹਨ ਅਤੇ ਉਹਦੇ ਉੱਤੇ ਵੀ ਅਸੀਂ ਥੋੜ੍ਹਾ ਜਿਹਾ ਚਾਨਣਾ ਪਾ ਲਾਂਗੇ ਕਿ ਇਹ ਸਿਰਫ ਸੱਤ ਸਮੁੰਦਰ ਪਾਰ ਭੇਜੀ ਹੋਈ ਇੱਕ ਸਿਰਫ ਖੁਸ਼ੀ ਦੀ ਲਹਿਰ ਹੈ ਕਿ ਵਾਕਈ ਹੀ ਇਹ ਇੱਕ ਮਸਲਾ ਬਣਿਆ ਹੋਇਆ ਜਿਹਨੂੰ ਅਸੀਂ ਕਹਿ ਰਹੇ ਹਾਂ ਇਲੈਕਸ਼ਨ ਸਟੰਟ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਲੋ ਜੀ ਭਾਰਤ ਤੋਂ ਆਈ ਹੈ ਹਵਾ ਸੱਤ ਸਮੁੰਦਰ ਪਾਰ ਉਸ ਹਵਾ ਦੇ ਵਿੱਚ ਇੱਕ ਪੈਗਾਮ ਆਇਆ ਕਿ ਹੁਣ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਦਿੱਤੀ ਆ ਉਹ ਜਾ ਸਕਦੇ ਹਨ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿੰਨੀ ਸੱਚਾਈ ਹੈ ਉਹਨਾਂ ਸਿਆਸੀ ਗਲਿਆਰਿਆਂ ਦੇ ਵਿੱਚ ਕੀ ਕੁਝ ਸੁਣਨ ਨੂੰ ਸਾਨੂੰ ਮਿਲ ਰਿਹਾ ਜ਼ਮੀਨੀ ਪੱਧਰ 'ਤੇ ਇਸ ਟਾਈਮ ਭਾਰਤ ਦੇ ਵਿੱਚ ਕੀ ਇਸ ਖਬਰ ਦੇ ਉੱਤੇ ਕਿੰਨੀ ਮੋਹਰ ਲੱਗਦੀ ਹੋਈ ਨਜ਼ਰ ਆਉਂਦੀ ਹੈ ਉਹਦੇ ਉੱਤੇ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਸੁਖੀ ਚਾਹਲ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਹਨ ਅਤੇ ਨਾਲੇ ਹਰ ਪਾਰਟੀ ਦੇ ਨਾਲ ਰਾਬਤਾ ਕਾਇਮ ਰੱਖਦੇ ਹਨ ਔਰ ਜਦ ਗੱਲ ਇਸ ਵਿਸ਼ੇ ਦੀ ਆਉਂਦੀ ਹੈ ਤਾਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਆਪਣੀ ਨਜ਼ਰ ਬਣਾਈ ਹੋਈ ਸੀ ਔਰ ਜੰਗ ਲੜਦੇ ਹੋਏ ਇਸ ਖਬਰ ਦੇ ਉੱਤੇ ਨਜ਼ਰ ਆਏ ਸੀਗੇ ਔਰ ਜਦ ਮੈਂ ਸੁਖੀ ਜੀ ਦੀ ਗੱਲ ਕਰਦਾ ਤਾਂ ਹਾਲ ਫਿਲਹਾਲ ਦੇ ਵਿੱਚ ਇਹ ਇੰਡੀਆ ਹੋ ਕੇ ਆਏ ਨੇ ਕਿਹਨੂੰ ਕਿਹਨੂੰ ਮਿਲ ਕੇ ਆਏ ਨੇ ਔਰ ਕੀ ਕੁਝ ਫੈਕਟਰ ਹੈਗੇ ਆ ਇਹਦੇ ਵਿੱਚ ਔਰ ਜਿਹੜੀ ਗੱਲ ਮੇਰੇ ਜ਼ਿਹਨ ਦੇ ਵਿੱਚ ਚੱਲ ਰਹੀ ਹੈ ਕਿ ਇਹ ਇਲੈਕਸ਼ਨ ਸਟੰਟ ਹੈ ਬੀਜੇਪੀ ਦਾ ਉਹਦੇ ਉੱਤੇ ਚਾਨਣਾ ਪਾਉਂਦੇ ਹਾਂ ਸੁਖੀ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਤੁਹਾਨੂੰ ਔਰ ਤੁਹਾਡੇ ਗੈਸਟ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੀ ਜੀ ਓਪਨਿੰਗ ਕਮੈਂਟ ਦੇ ਦਿਓ ਫਿਰ ਮੈਂ ਤੁਹਾਨੂੰ ਸਵਾਲ ਜ਼ਰੂਰ ਪੁੱਛੂੰਗਾ ਓਪਨਿੰਗ ਕਮੈਂਟ ਰਿਗਾਰਡਿੰਗ ਜਿਹੜਾ ਕੋਈ ਡਿਸੀਜਨ ਆਇਆ ਹੈਗਾ ਉਹਦੇ ਰਿਗਾਰਡਿੰਗ ਆਈ ਆਈ ਡਿਸੀਜਨ ਜਿਹੜਾ ਅੱਜ ਸੁਰਖੀਆਂ ਬੜੀਆਂ ਹੋਈਆਂ ਹੈ ਕਿ ਪੋਲੀਟੀਕਲ ਅਸਾਈਲਮ ਵਾਲੇ ਜਾ ਸਕਦੇ ਹਨ ਇੰਡੀਆ ਤੁਸੀਂ ਇੰਡੀਆ ਹੋ ਕੇ ਆਇਓ ਕੀ ਉੱਥੇ ਮਾਹੌਲ ਬਣਿਆ ਹੋਇਆ ਮਾਹੌਲ ਉੱਥੇ ਦਾ ਕਿਉਂਕਿ ਮਾਹੌਲ ਇੱਥੇ ਜ਼ਿਆਦਾ ਬਣਿਆ ਹੋਇਆ ਹੈਗਾ ਕਿਉਂਕਿ ਇੱਕ ਤਾਂ ਜਿਵੇਂ ਤੁਸੀਂ ਕਿਹਾ ਹੈਗਾ ਵੀ ਉੱਥੇ ਇਲੈਕਸ਼ਨ ਦਾ ਟਾਈਮ ਹੈਗਾ ਲੋਕੀ ਤਾਂ ਜ਼ਿਆਦਾ ਉੱਥੇ ਇਲੈਕਸ਼ਨ ਦੇ ਵਿੱਚ ਜ਼ਿਆਦਾ ਬਿਜ਼ੀ ਹੈਗੇ ਨੇ ਪਰ ਇਹ ਫੈਸਲਾ ਜਿਹੜਾ ਹੈਗਾ ਉੱਥੇ ਟਾਈਮਸ ਆਫ ਇੰਡੀਆ ਦੀ ਬਹੁਤ ਵੱਡੀ ਨਿਊਜ਼ ਆਈ ਹੈਗੀ ਸੀ ਉਹਦੇ ਵਿੱਚ ਮੈਨੂੰ ਪਤਾ ਚੱਲਿਆ ਹੈਗਾ ਸੀਗਾ ਤੇ ਉਸ ਤੋਂ ਬਾਅਦ ਹੋਰ ਵੀ ਕਾਫੀ ਮੀਡੀਆ ਹਾਊਸਿਸ ਨੇ ਉਹਨਾਂ ਨੂੰ ਕਵਰ ਕਰਿਆ ਹੈਗਾ ਤੇ ਫੈਸਲਾ ਬੜਾ ਅੱਛਾ ਫੈਸਲਾ ਹੈਗਾ ਇਹ ਇਹਦੀ ਸੰਭਾਵਨਾ ਹੈਗੀ ਸੀ ਵੀ ਕਿਸੇ ਟਾਈਮ ਤੇ ਵੀ ਆ ਸਕਦਾ ਹੈਗਾ ਬਹੁਤ ਦੇਰ ਤੋਂ ਉਹਦੀ ਉਡੀਕ ਕਰ ਰਹੇ ਹੈਗੇ ਸੀਗੇ ਪਰ ਹੁਣ ਡਿਪੈਂਡ ਕਰਦਾ ਹੈਗਾ ਵੀ ਉਹਨੂੰ ਇੰਪਲੀਮੈਂਟ ਕਿਸ ਤਰ੍ਹਾਂ ਹੁੰਦਾ ਹੈਗਾ ਫੈਸਲਾ ਆਉਣਾ ਇੱਕ ਗੱਲ ਹੈਗੀ ਹੈ ਉਹਦੀ ਇੰਪਲੀਮੈਂਟੇਸ਼ਨ ਹੈਗੀ ਹੈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਕਦੋਂ ਕਿਸ ਤਰ੍ਹਾਂ ਹੋਏਗੀ ਉਹ ਉਸ ਤੇ ਬਹੁਤ ਡਿਪੈਂਡ ਕਰੇਗਾ ਤੇ ਸੁੱਖੀ ਜੀ ਤੁਹਾਨੂੰ ਕੀ ਲੱਗਦਾ ਕੀ ਕੁਝ ਇੰਪਲੀਮੈਂਟ ਕਰਨ ਦੀ ਲੋੜ ਆ ਇੰਪਲੀਮੈਂਟ ਦੇਖੋ ਜਿਹੜੇ ਇਹ ਫੈਸਲਾ ਸਿਰਫ ਆਪਾਂ ਜੇ ਕਹੀਏ ਆਪਾਂ ਵੀ ਸਿਰਫ ਸਿੱਖਾਂ ਲਈ ਨਹੀਂ ਹੈਗਾ ਵੀ ਉਹ ਕੋਈ ਵੀ ਹੈਗਾ ਵੀ ਇੰਡੀਅਨ ਓਰੀਜਨ ਹੈਗਾ ਜਾਂ ਪਰਸਨ ਆਫ ਇੰਡੀਅਨ ਓਰੀਜਨ ਹੈਗਾ ਇਸ ਕਰਕੇ ਕਿਉਂਕਿ ਆਪਣੇ ਲਈ ਤਾਂ ਮਹੱਤਵਪੂਰਨ ਹੈ ਕਿ ਵੀ ਪੰਜਾਬ ਦੇ ਵਿੱਚੋਂ ਆਪਣਾ ਜਦੋਂ ਕਾਲੇ ਦੌਰ ਚੱਲਿਆ ਹੈਗਾ ਸੀ ਪੰਜਾਬ ਦੇ ਵਿੱਚ ਬਹੁਤ ਲੋਕੀ ਉੱਥੋਂ ਇੱਥੇ ਆ ਕੇ ਸੈਟਲ ਹੋਏ ਹੈਗੇ ਨੇ ਇੱਕ ਸੌਖਾ ਤਰੀਕਾ ਵੀ ਹੁੰਦਾ ਹੈਗਾ ਸੀਗਾ ਵੀ ਚਲੋ ਠੀਕ ਹੈ ਪੱਕੇ ਹੋਣ ਵਾਸਤੇ ਇੱਥੇ ਪੋਲੀਟੀਕਲ ਅਸਾਈਲਮ ਕਰ ਦਿੰਦੇ ਹੈਗੇ ਆ ਅਪਰੂਵ ਵੀ ਬਹੁਤ ਹੋਈਆਂ ਹੈਗੀਆਂ ਨੇ ਜਿਹਦੇ ਕੋਈ ਸ਼ੱਕ ਨਹੀਂ ਹੈਗਾ ਤੇ ਇਸ ਕਰਕੇ ਵੀ ਆਪਣੇ ਲਈ ਇਹ ਸਿੱਖ ਕਮਿਊਨਿਟੀਜ਼ ਲਈ ਇੱਕ ਬਹੁਤ ਇੰਪੋਰਟੈਂਟ ਡਿਸੀਜ਼ਨ ਹੈਗਾ ਤੇ ਤਾਂ ਜੋ ਲੋਕੀ ਉਹਨਾਂ ਲਈ ਇੱਕ ਰਸਤਾ ਖੁੱਲ ਸਕੇ ਹੈਗੇ ਉਹ ਵਾਪਸ ਜਾ ਸਕਣ ਉਹਨਾਂ ਨੂੰ ਵੀਜ਼ਾ ਮਿਲ ਸਕੇ ਜਾਂ ਉਹਨਾਂ ਨੂੰ ਪਾਸਪੋਰਟ ਮਿਲ ਸਕੇ ਕਿਉਂਕਿ ਜਿਹੜੇ ਲੋਕੀ ਇੱਥੇ ਅਸਾਈਲਮ ਲੈ ਕੇ ਬੈਠੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਹੁੰਦਾ ਨਾ ਵੀ ਬੇਗਾਨਾਪਣ ਜਾ ਆ ਗਿਆ ਹੈਗਾ ਸੀਗਾ ਵੀ ਆਪਣੇ ਮੁਲਕ ਦੇ ਵਿੱਚ ਨਹੀਂ ਜਾ ਸਕਦੇ ਹੈਗੇ ਹਾਲਾਂਕਿ ਹਰ ਕੋਈ ਜਾਣਾ ਚਾਹੁੰਦਾ ਹੈਗਾ ਉਹਨਾਂ ਦੇ ਪਿੱਛੇ ਪਰਿਵਾਰ ਹੈਗਾ ਫੈਮਿਲੀ ਹੈਗੀ ਹੈ ਪ੍ਰੋਪਰਟੀ ਹੈਗੀਆਂ ਨੇ ਹਰ ਇੱਕ ਦਾ ਦਿਲ ਕਰਦਾ ਹੈਗਾ ਔਰ ਇਹ ਫੈਸਲਾ ਬਹੁਤ ਅੱਛਾ ਹੋਏਗਾ ਈਵਨ ਕਿ ਗਵਰਨਮੈਂਟ ਇੰਡੀਆ ਲਈ ਵੀ ਬਹੁਤ ਅੱਛਾ ਹੋਏਗਾ ਇੱਕ ਪੰਜਾਬੀ ਕਮਿਊਨਿਟੀ ਲਈ ਸਾਰੀ ਬਾਕੀ ਕਮਿਊਨਿਟੀ ਲਈ ਵੀ ਬਹੁਤ ਅੱਛਾ ਫੈਸਲਾ ਹੋਏਗਾ ਹੈਗਾ ਤਾਂ ਜੋ ਲੋਕੀ ਆ ਜਾ ਸਕਣ ਉਹਨਾਂ ਦਾ ਰਸਤਾ ਖੁੱਲ ਸਕੇ ਹੈਗੇ ਜੀ ਸੁਖੀ ਜੀ ਮੈਨੂੰ ਇਸ ਗੱਲ ਦੇ ਉੱਤੇ ਇੱਕ ਵਾਰੀ ਚਾਨਣਾ ਜ਼ਰੂਰ ਪਾਇਓ ਜਿਹੜੇ ਸਾਡੇ ਭਰਾ 1984 ਦੇ ਵਿੱਚ ਇੱਥੇ ਆਏ ਜਦ ਹਾਲਾਤ ਪੰਜਾਬ ਦੇ ਮਾੜੇ ਸੀਗੇ ਭਾਰਤ ਦੇ ਮਾੜੇ ਸੀਗੇ ਤਾਂ ਉਹ ਦੌਰ ਸੀਗਾ ਕਿ ਜਦ ਉਹਨਾਂ ਨੂੰ ਖਤਰਾ ਸੀਗਾ ਲੇਕਿਨ ਹੁਣ ਉਹ ਦੌਰ ਉੱਥੇ ਉਹਦੀ ਖਤਮ ਹੋ ਗਿਆ ਅਸੀਂ 21st ਸੈਂਚਰੀ ਦੇ ਉੱਤੇ ਆ ਗਏ ਅਤੇ ਕੀ ਹੁਣ ਉਹ ਦੌਰ ਦੇ ਕਰਕੇ ਉਹਨਾਂ ਨੇ ਸ਼ਰਨ ਲਿੱਤੀ ਸੀਗੀ ਨਾਓ ਦੇ ਡੋਂਟ ਹੈਵ ਐਨੀ ਯੂ ਨੋ ਉੱਥੇ ਉਹਨਾਂ ਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈ ਅਤੇ ਲੇਕਿਨ ਤੁਹਾਨੂੰ ਲੱਗਦਾ ਕਿ ਹੁਣ ਉਹ ਖੁੱਲ੍ਹ ਕੇ ਜਾ ਸਕਦੇ ਹਨ ਇੰਡੀਆ ਔਰ ਵਾਪਸ ਆ ਸਕਦੇ ਹਨ ਬਟ ਆਈ ਵਿਲ ਟੇਕ ਦਿਸ ਆਨਸਰ ਫਰੋਮ ਪ੍ਰੀਤ ਆਲਸੋ ਬਟ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਹਾਲ ਫਿਲਹਾਲ ਦੇ ਵਿੱਚ ਇੰਡੀਆ ਹੋ ਕੇ ਆਏ ਹੋ ਹਾਂਜੀ ਕਿਉਂਕਿ
ਬੜਾ ਇੰਪੋਰਟੈਂਟ ਕੁਐਸਚਨ ਹੈਗਾ ਇਹ, ਜੇ ਤੁਸੀਂ ਦੇਖੇ ਧਿਆਨ ਨਾਲ ਦੇਖੋ ਇਹਨੂੰ ਇਹਨੂੰ ਐਨਾਲਾਈਜ਼ ਕਰੋ ਹੋਵੇ, ਕਿਉਂਕਿ ਜਿਹੜੇ ਬੰਦੇ ਕੋਲ ਅਸਾਈਲਮ ਹੈਗਾ ਉਹਨੂੰ ਤਾਂ ਫਿਰ ਦੂਸਰਾ ਕੰਟਰੀ ਜੇ ਸਪੋਕ ਕਰੋ, ਇੰਡੀਆ ਤੋਂ ਉਹਨਾਂ ਨੂੰ ਅਸਾਈਲਮ ਲਈ ਹੋਈ ਹੈਗੀ ਹੈ, ਉਹਨਾਂ ਨੂੰ ਇੰਡੀਆ ਤੋਂ ਖਤਰਾ ਹੈਗਾ ਸੀ ਤਾਂ ਹੀ ਕਰਕੇ ਸਿਰਫ ਅਸਾਈਲਮ ਲਈ ਹੋਈ ਹੈਗੀ ਹੈ। ਪਰ ਕਿਉਂਕਿ ਇਹ ਇੰਡੀਆ ਦੀ ਮਹਾਨਤਾ ਹੋਏਗੀ ਹੈਗੀ ਇਸ ਚੀਜ਼ ਦੇ ਵਿੱਚ, ਉਹਨਾਂ ਨੂੰ ਐਕਸੈਪਟ ਕਰਨ ਦੀ ਹੈਗੀ ਵੀ ਚਲੋ ਠੀਕ ਹੈ, ਜਿਹੜੇ ਬੰਦਿਆਂ ਨੂੰ ਉਹ ਜਸਟੀਫਾਈ ਕਰਨਗੇ। ਇਸੇ ਕਰਕੇ ਵੀ ਜਿਹੜਾ ਕੌਂਸਲ ਜਨਰਲ ਦੀ ਇੰਪਲੀਮੈਂਟੇਸ਼ਨ ਤੇ ਬਹੁਤ ਇਹ ਵੱਡਾ ਫੈਕਟਰ ਹੋਏਗਾ, ਕਿਉਂਕਿ ਜ਼ਿਆਦਾ ਅਸਾਈਲਮ ਜਿਹੜੀ ਹੈਗੀਆਂ ਨੇ, ਮੈਜੋਰਿਟੀ ਆਫ ਦਾ ਪੋਲੀਟੀਕਲ ਅਸਾਈਲਮ ਹੈਗੀਆਂ ਨੇ, ਉਹ ਜ਼ਿਆਦਾ ਇਕਨੋਮਿਕ ਅਸਾਈਲਮ ਸੀਗੀਆਂ। ਠੀਕ ਹੈ, ਉਹਨਾਂ ਨੂੰ ਵੀ ਪਤਾ ਹੈਗਾ, ਸਾਨੂੰ ਵੀ ਪਤਾ ਹੈਗਾ ਵੀ ਇਸ ਕਰਕੇ ਜੇਕਰ ਉਸ ਮੱਦੇ ਨਜ਼ਰ ਜਾਂ ਉਸ ਵਿਊ ਪੁਆਇੰਟ ਤੋਂ ਉਹ ਸੋਚਣਗੇ ਹੈਗੇ ਵੀ ਨਹੀਂ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਐਂਟੀ ਇੰਡੀਅਨ ਕੋਈ ਇਹਨਾਂ ਦੇ ਇਸ਼ੂ ਨਹੀਂ ਹੈਗਾ ਸੀਗਾ, ਜਾਂ ਕੋਈ ਇੱਥੇ ਜਾ ਕੇ ਖਰਾਬ ਨਹੀਂ ਮਾਹੌਲ ਖਰਾਬ ਨਹੀਂ ਕਰਨਗੇ ਹੈਗੇ, ਤਾਂ ਕਰਕੇ ਉਹ, ਕਿਉਂਕਿ ਉਹਨਾਂ ਦਾ ਇੱਕ ਜਿਹੜਾ ਹੈਗਾ ਸੀਗਾ ਇਸ਼ੂ ਹੈਗਾ ਸੀਗਾ ਉਹ ਇਕਨੋਮਿਕ ਹੈਗਾ ਸੀਗਾ। ਠੀਕ ਹੈ, ਇਸ ਕਰਕੇ ਵੀ ਉਹਨਾਂ ਲਈ ਗਵਰਨਮੈਂਟ ਆਫ ਇੰਡੀਆ ਉਹਨੂੰ ਕੇਸ ਬਾਏ ਕੇਸ ਐਨਾਲਾਈਜ਼ ਕਰਕੇ ਉਹਨਾਂ ਨੂੰ ਵੀਜ਼ਾ ਦੇ ਸਕਦੀ ਹੈਗੀ ਜੀ। ਠੀਕ ਹੈ ਜੀ, ਅਤੇ ਮੈਨੂੰ ਇਹ ਵੀ ਸਵਾਲ ਮੇਰੇ ਚੇਤੇ ਹੁੰਦਾ ਕਿ ਇਹ ਇਲੈਕਸ਼ਨ ਤੋਂ ਠੀਕ ਪਹਿਲਾਂ ਹੀ ਕਿਉਂ ਸਭ ਕੁਝ ਸੁਰਖੀਆਂ ਬਣ ਰਹੀਆਂ ਹਨ? ਦੇਖੋ ਜੀ, ਇਹ ਤਾਂ ਕੁਛ ਨਹੀਂ ਕਹਿ ਸਕਦੇ, ਪਰ ਇਹ ਜਿਹੜਾ ਪ੍ਰੋਸੈਸ ਹੈਗਾ ਵੀ ਦੇਖੋ ਬਹੁਤ ਦੇਰ ਦਾ ਚੱਲਿਆ ਜਾ ਰਿਹਾ ਹੈਗਾ ਸੀਗਾ, ਇਹਦੇ ਵਿੱਚ ਬਹੁਤ ਲੋਕਾਂ ਦੀ ਪਾਰਟੀਸਪੇਸ਼ਨ ਹੈਗੀ ਹੈ, ਬਹੁਤ ਆਰਗੇਨਾਈਜੇਸ਼ਨ ਦੀ ਪਾਰਟੀਸਪੇਸ਼ਨ ਹੈਗੀ ਹੈ, ਤੇ ਇਸ ਕਰਕੇ ਵੀ ਹੁਣ ਟਾਈਮਿੰਗ ਇਟ ਕੁਡ ਬੀ ਕੋਇਨਸੀਡੈਂਟ, ਇਟ ਕੁਡ ਬੀ ਵੀ ਡੋਨਟ ਨੋ ਇਟ ਇਸ ਉਹ ਕਿਉਂ ਆਇਆ ਹੈਗਾ ਇਲੈਕਸ਼ਨ ਦੇ ਟਾਈਮ ਤੇ, ਪਰ ਫੈਸਲਾ ਫਿਰ ਵੀ ਅੱਛਾ ਹੈਗਾ। ਕਈ ਵਾਰੀ ਆਪਾਂ, ਤੁਸੀਂ ਹੁੰਦਾ ਨਾ ਵੀ ਕਿਸੇ ਚੀਜ਼ ਨੂੰ ਹਮੇਸ਼ਾ ਤੁਸੀਂ ਸ਼ੱਕ ਦੀ ਨਜ਼ਰ ਨਾਲ ਹੀ ਦੇਖੀਦਾ ਹੁੰਦਾ ਹੈਗਾ, ਜਿਸ ਹਿਸਾਬ ਨਾਲ ਕਮਿਊਨਿਟੀ ਨੂੰ ਰੀਚ ਆਊਟ ਕਰਿਆ ਜਾ ਰਿਹਾ ਹੈਗਾ ਕੌਂਸਲ ਜਨਰਲ ਵੱਲੋਂ ਵੀ, ਜਾਂ ਇੱਥੇ ਇੰਵੈਸਟਰ ਜਿਹੜੇ ਨਵੇਂ ਆਏ ਹੈਗੇ ਨੇ, ਸਪੈਸ਼ਲੀ ਕੌਂਸਲ ਜਨਰਲ ਆਫ ਇੰਡੀਆ ਜਿਹੜੇ ਸੈਨ ਫਰਾਂਸਿਸਕੋ ਹੈਗੇ ਨੇ, ਦੇ ਆਰ ਟ੍ਰਾਇੰਗ ਟੂ ਰੀਚ ਆਊਟ ਟੂ ਦ ਕਮਿਊਨਿਟੀ। ਆਈ ਥਿੰਕ ਉੱਥੋਂ ਲੱਗਦਾ ਹੈਗਾ ਵੀ ਨਹੀਂ, ਟਾਈਮਿੰਗ ਇਜ਼ ਵੈਰੀ ਗੁੱਡ ਐਟਲੀਸਟ, ਤੇ ਪਰਮਾਤਮਾ ਕਰੇ ਹੈਗੇ ਵੀ ਚਲੋ ਠੀਕ ਹੈ, ਚਾਹੇ ਇਲੈਕਸ਼ਨ ਸਟੰਟ ਵੀ ਹੋਵੇ, ਐਜ਼ ਲੌਂਗ ਐਸ ਕਿ ਉਹਨੂੰ ਆਪਾਂ ਇੰਪਲੀਮੈਂਟ ਪ੍ਰੈਕਟੀਕਲੀ ਕਰ ਦਿੰਦੇ ਹੈਗੇ, ਉਹਦਾ ਸਾਰਿਆਂ ਦੀ ਫਾਇਦਾ ਹੈਗਾ, ਕਿਉਂਕਿ ਐਂਡ ਆਫ ਦਾ ਡੇ ਕੋਈ ਗਵਰਨਮੈਂਟ ਨੂੰ ਵੀ ਉੱਥੇ ਇੰਡੀਆ ਨੂੰ ਵੀ ਬਹੁਤ ਫਾਇਦਾ ਹੈਗਾ, ਜਦੋਂ ਕੋਈ ਬੰਦਾ ਇੱਥੋਂ ਜਾਂਦਾ ਹੈਗਾ ਦੇਖੋ ਕਿੰਨੇ ਹਜ਼ਾਰਾਂ ਲੋਕ ਇੱਥੇ ਬੈਠੇ ਹੈਗੇ ਨੇ। ਨਹੀਂ, ਪਰ ਆਈ ਵਿਲ ਡੈਫੀਨੇਟਲੀ ਮੈਂ ਹੁਣ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਬੁਲਾਰੇ ਤੋਂ ਜ਼ਰੂਰ ਪੁੱਛਾਂਗਾ ਕਿ ਇਲੈਕਸ਼ਨ ਦੇ ਬਾਅਦ ਕਿਤੇ ਭੁੱਲ ਤਾਂ ਨਹੀਂ ਜਾਓਗੇ। ਚਲੋ ਐਨੀਵੇਜ਼, ਬਿਲਕੁਲ ਜੀ, ਬਿਲਕੁਲ ਇਸ ਚੀਜ਼ ਦੇ ਉੱਤੇ ਤਾਂ ਨਜ਼ਰ ਰੱਖਣਾ ਵੀ ਆਪਣਾ ਫਰਜ਼ ਬਣਦਾ ਹੈਗਾ ਨਾ, ਸਾਡਾ ਕਮਿਊਨਿਟੀ ਦਾ ਫਰਜ਼ ਬਣਦਾ ਹੈਗਾ, ਆਪਾਂ ਨੂੰ ਉਹਨਾਂ ਦੇ ਨੇੜੇ ਨਾਲ ਰਲ ਕੇ ਇਹ ਸਾਂਝੇ ਕੰਮ ਕਰਨੇ ਚਾਹੀਦੇ ਹੈਗੇ ਨੇ। ਇਸ ਕਰਕੇ ਮੈਂ ਵੀ ਪਰਸਨਲੀ ਜਾ ਰਿਹਾ ਹੈਗਾ, ਮੈਂ ਵਾਸ਼ਿੰਗਟਨ ਡੀਸੀ ਜਾ ਰਿਹਾ ਹੈਗਾ ਅਗਲੇ ਹਫ਼ਤੇ, ਉੱਥੇ ਜਾ ਕੇ ਸਾਰਾ ਪਤਾ ਕਰਾਂਗੇ ਹੈਗੇ ਵੀ ਇਹ ਫੈਸਲਾ ਹੈਗਾ ਇਹਦੀ ਰੂਪ ਰੇਖਾ ਕੀ ਹੋਏਗੀ, ਕਦੋਂ ਇਹਨੇ ਲੋਕਾਂ ਨੂੰ ਜਿਹੜਾ ਇਹ ਰਸਤਾ ਖੁੱਲੇਗਾ ਹੈਗਾ, ਕਿਉਂਕਿ ਆਮ ਨੋਟ ਐਕਸਪੈਕਟਿੰਗ ਐਨੀਥਿੰਗ ਓਵਰ ਨਾਈਟ, ਕਿਉਂਕਿ ਹਰ ਇੱਕ ਕੌਂਸਲ ਜਨਰਲ ਦੇ ਕੋਲ ਇੱਕ ਬਹੁਤ ਵੱਡਾ ਬੈਕਲੌਗ ਹੁੰਦਾ ਹੈਗਾ, ਤੇ ਕਦੋਂ ਹੋ ਸਕਦਾ ਹੈਗਾ ਵੀ ਦੈਟਸ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ ਕੁਐਸਚਨ। ਈਵਨ ਵੀ ਆਰ ਆਲਸੋ ਨੋਟ, ਆਪਾਂ ਵੀ ਹੁਣ ਵਿਸ਼ਵਾਸ ਨਹੀਂ ਅਜੇ ਕਰ ਰਹੇ, ਲੇਕਿਨ ਮੀਡੀਆ ਹਾਊਸਿਸ ਦਾ ਕੰਮ ਹੁੰਦਾ ਹੈ ਕਿ ਉਹਦੇ ਉੱਤੇ ਨੋਕ ਨੋਕ ਕਰਨਾ ਔਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ। ਫਿਲਹਾਲ ਸੁੱਖੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਾਲ ਇੱਕ ਮੈਂ ਚੀਜ਼ ਹੋਰ ਐਡ ਕਰਨੀ ਚਾਹੁੰਦਾ ਹੈਗਾ ਵੀ ਦੇਖੋ, ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਮੈਂ ਡੀਜੀਪੀ ਪੰਜਾਬ ਦੇ ਨਾਲ ਪਿਛਲੇ ਮੰਡੇ ਮੇਰੀ ਮੀਟਿੰਗ ਹੋਈ ਹੈਗੀ ਹੈ, ਉੱਥੇ ਇਸ ਵਿਸ਼ੇ ਤੇ ਹੋਈ ਹੈਗੀ ਹੈ, ਕਿਉਂਕਿ ਜੇ ਸਪੋਜ਼ ਇੱਥੇ ਗਵਰਨਮੈਂਟ ਆਫ ਇੰਡੀਆ ਵੀ ਓਪਨ ਕਰ ਦਿੰਦੀ ਹੈਗੀ, ਉੱਥੇ ਸਟੇਟ ਦੀ ਵੀ ਬਹੁਤ ਵੱਡੀ ਇੰਪੋਰਟੈਂਸ ਹੁੰਦੀ ਹੈਗੀ ਹੈ। ਜਦੋਂ ਵੀ ਕਿਸੇ ਬੰਦੇ ਦਾ ਜੇ ਸਪੋਜ਼ ਕਰੋ ਕਿਹੜੇ ਜਿਹੜਾ ਬੰਦਾ ਹੈਗਾ ਉਹਦੀ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਹੈਗੀ ਹੈ, ਉਹ ਪੁਲਿਸ ਵੈਰੀਫਿਕੇਸ਼ਨ ਉਹ ਪੰਜਾਬ 'ਚ ਹੋਏਗੀ ਹੈਗੀ। ਇਸ ਕਰਕੇ ਕਈ ਵਾਰੀ ਹੁੰਦਾ ਹੈਗਾ ਵੀ ਜੇ ਪੰਜਾਬ 'ਚੋਂ ਉਹ ਵੈਰੀਫਿਕੇਸ਼ਨ ਨਹੀਂ ਆਉਂਦੀ ਹੈਗੀ ਤੇ ਐਪਲੀਕੇਸ਼ਨ ਕਈ ਕਈ ਹੁੰਦੀ ਹੈ ਵੀ ਛੇ ਮਹੀਨੇ ਵੀ ਦੱਬੀ ਰਹਿ ਸਕਦੀ ਹੈਗੀ, ਉਹਨੂੰ ਟਾਈਮ ਵੀ ਲੱਗ ਸਕਦਾ ਹੈਗਾ। ਇਸ ਕਰਕੇ ਉਹਨਾਂ ਨੇ, ਕੈਪਟਨ ਸਾਹਿਬ ਨੇ ਮੈਨੂੰ ਇਹ ਪਰਸਨਲੀ ਇਹ ਅਸ਼ੋਰੈਂਸ ਦਿੱਤੀ ਹੈਗੀ ਹੈ, ਡੀਜੀਪੀ ਨੇ ਵੀ ਦਿੱਤੀ ਹੈਗੀ ਵੀ ਅਸੀਂ ਜਦੋਂ ਵੀ ਕੋਈ ਏਦਾਂ ਦਾ ਕੇਸ ਆਉਂਦਾ ਹੈਗਾ ਵੀ ਵਿਲ ਟ੍ਰਾਈ ਟੂ ਐਕਸਪਲਾਈਟ ਦਿਸ ਵਨ ਐਸ ਸੂਨ ਐਸ ਪੋਸੀਬਲ। ਤੇ ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਵੀ ਛੇਤੀ ਇਲੈਕਸ਼ਨਾਂ ਤੋਂ ਬਾਅਦ ਇਹਦੇ ਉੱਤੇ ਵੱਡਾ ਬਿਆਨ ਦੇ ਸਕਦੇ ਹਨ? ਨਹੀਂ, ਨਾਟ ਓਨਲੀ ਬਿਆਨ ਕੀ, ਮੇਰੀ ਤਾਂ ਇਹੀ ਵੀ ਕੋਸ਼ਿਸ਼ ਹੈਗੀ ਸੀ ਵੀ ਤੁਹਾਨੂੰ ਉੱਥੇ ਆ ਕੇ ਯੂ ਸ਼ੁਡ ਵਿਜਿਟ US। ਮੈਨੂੰ ਲੱਗਦਾ ਹੈਗਾ ਵੀ ਉਹਨਾਂ ਨੂੰ ਵਿਜਿਟ ਕਰਨਾ ਚਾਹੀਦਾ ਹੈਗਾ ਵੀ ਦੇਖੋ ਕਮਿਊਨਿਟੀ ਦੇ ਵਿੱਚ ਹੁੰਦਾ ਹੈਗਾ ਵੀ ਐਂਡ ਆਫ ਦਾ ਡੇ ਐਟਲੀਸਟ ਉਹ ਇਜ਼ ਇਲੈਕਟਡ ਰੈਪ੍ਰੈਜੈਂਟੇਟਿਵ ਆਫ ਦਾ ਪੀਪਲ। ਹੁਣ ਇੱਥੇ NRI ਹੈਗੇ ਨੇ ਤਾਂ ਜੋ ਜਦੋਂ ਆਪਾਂ ਇੱਕ ਰਸਤਾ ਖੁੱਲਦਾ ਹੈਗਾ, ਕਿਉਂਕਿ ਜਿੰਨੀ ਦੇਰ ਤੱਕ ਕੋਈ ਡਾਇਲੋਗ ਨਹੀਂ ਸ਼ੁਰੂ ਹੁੰਦਾ ਹੈਗਾ ਨਾ, ਉਨੀ ਦੇਰ ਤੱਕ ਜਿਹੜੀ ਡਿਫਰੈਂਸਿਸ ਹੁੰਦੇ ਹੈਗੇ ਨੇ ਉਹਨੂੰ ਆਪਾਂ ਰਿਜੋਲਵ ਨਹੀਂ ਕਰ ਸਕਦੇ ਹੈਗੇ। ਕਿਸੇ ਨਾ ਕਿਸੇ ਮੋੜ ਤੇ ਜਾ ਕੇ ਆਪਾਂ ਨੂੰ ਬੈਠਣਾ ਪਊਗਾ, ਗੱਲਬਾਤ ਕਰਨੀ ਪਊਗੀ। ਜਦੋਂ ਉਹ ਲੀਡਰ ਇੱਥੇ ਆਉਣਗੇ ਤੇ ਬਜਾਏ ਕਿ ਆਪਾਂ ਉਹਨਾਂ ਦੀ ਪ੍ਰੋਟੈਸਟ ਕਰੀ ਹੈਗੀ, ਆਪਾਂ ਨੂੰ ਬਜਾ ਕੇ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੈਗੇ ਵੀ ਹਾਂ ਜੀ ਸਾਡੀ ਆਹ ਇਸ਼ੂ ਹੈਗੇ ਨੇ, ਆਹ ਸਾਡੀਆਂ ਸਮੱਸਿਆ ਹੈਗੇ ਨੇ, ਤੁਸੀਂ ਸਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੈਗੇ। ਜਦੋਂ ਦੋਨੋਂ ਉੱਥੇ ਆਰਾਮ ਬੈਠਣਗੇ ਹੈਗੀਆਂ ਉਹਦੇ ਵਿੱਚੋਂ ਕੋਈ ਚੰਗੀ ਫੈਸਲਾ ਨਿਕਲੇਗਾ ਜੀ। ਚਲੋ ਦੇਖਦੇ ਕਿ ਹੁਣ ਇਹਦਾ ਕੀ ਨਤੀਜਾ ਨਿਕਲਦਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੁੱਖੀ ਜੀ, ਆਪਣਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਸਾਡੇ ਸ਼ੋਅ ਦੇ ਵਿੱਚ ਆਏ। ਥੈਂਕ ਯੂ ਸਰ।
लेकिन मैं इतने हजे समा इजाजत दे रहा एक निके जे कमर्शल का मिलद ब्रेक तो बाद जी हूँ समय थोड़ी कॉल्स लैंदा ब्रेक तो बाद असी चाहते हैं कि तुम भी अपने विचार सानू दो और की कुछ तुम अपने प्रतिक्रम तर्क या फिर कोई सवाल तुहाडे लई तुहाडे जहन दे विच चल रहे हैं प्रीत लई तां तुसी जरूर पुछ सकते हो लैंदे असी अपनी पहली कॉल सत श्रीकाल जी तुसी ऑन एयर हो कौन बोल रहे हो कितों बोल रहे हो सत श्रीकाल हाँ जी मैं जी न्यू जर्सी तो बोल रही हूँ जी सत श्रीकाल भैन जी की सवाल है तुहाडा सवाल मेरा ये है भी मैं ये पूछना चाहनी तुहाडे मुद्दे तों ते लांबे आ भी भैन भरावां लई जिहड़ा अपलाई कीता उह किहड़ा साल चल रिहा है समझी नहीं ਤੁਸੀਂ ਅਸਾਈਲਮ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਰੈਗੂਲਰ ਗ੍ਰੀਨ ਕਾਰਡ ਅਸੀਂ ਅਸੀਂ ਅੱਜ ਅਸਾਈਲਮ ਦੀ ਗੱਲ ਕਰ ਰਹੇ ਹਾਂ ਜੀ ਤੇ ਆਪਾਂ ਉਹ ਜਿਹੜਾ ਸਵਾਲ ਹੈਗਾ ਤੁਸੀਂ ਮੈਨੂੰ ਜਿਹੜਾ ਨੰਬਰ ਹੈਗਾ ਉਹ ਚ ਬਾਅਦ ਚ ਕਾਲ ਕਰਕੇ ਮੈਂ ਤੁਹਾਡੀ ਗੱਲ ਕਰਾ ਦੂੰਗਾ ਇਹਨਾਂ ਨਾਲ ਤੁਸੀਂ ਜਰੂਰ ਆਪਣੇ ਸਵਾਲ ਨੂੰ ਲੈ ਲਿਓ ਪਰ 2004 ਦੀ ਡੇਟ ਚੱਲ ਰਹੀ ਆ ਠੀਕ ਹੈ ਜੀ ਮਹੀਨੇ ਦਾ ਨਹੀਂ ਪਤਾ ਕਿਹੜਾ 2004 ਦਾ ਜੁਲਾਈ ਅੱਛਾ ਜੁਲਾਈ 15 2004 ਥੈਂਕ ਯੂ ਜੀ ਯੂਅਰ ਵੈਲਕਮ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬ੍ਰਦਰ ਜੀ ਐਂਡ ਸਿਸਟਰ ਜੀ 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 ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ ਦੋ ਕੁਐਸਚਨ ਆ ਪਲੀਜ਼ ਜੀ 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 ਜਿਨ੍ਹਾਂ ਨੇ ਵਰਕ ਪਰਮਿਟ ਅਸਾਈਲਮ ਵਾਲਿਆਂ ਨੇ 2 ਵੀਕਾਂ ਹੋ ਗਿਆ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਨੂੰ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ ਹੁਣ ਜਿਨ੍ਹਾਂ ਦੇ ਐਪਲੀਕੇਸ਼ਨ ਆਲਰੇਡੀ ਪੈਂਡਿੰਗ ਆ ਇਹ ਜਿਹੜੇ ਜਿਹੜੀ ਅਸੀਂ ਡਿਸਕਸ਼ਨ ਕੀਤੀ ਸੀ ਨਾ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਚੇਂਜਸ ਆ ਉਹ ਜਿਹੜੇ ਨਵੇਂ ਕੇਸਿਸ ਆ ਰਹੇ ਆ ਉਹਨਾਂ ਦੀ ਗੱਲ ਕਰ ਰਹੇ ਆ ਠੀਕ ਆ ਨਾ ਸੋ ਜੇ ਤੁਹਾਡੇ ਵਰਕ ਆ ਤੁਹਾਡਾ ਜੇ ਸਾਲਮ ਦੀ ਐਪਲੀਕੇਸ਼ਨ ਆਲਰੇਡੀ ਫਾਈਲ ਹੋਈ ਵੀ ਆ ਤੇ ਤੁਸੀਂ ਐਪਲੀਕੇਸ਼ਨ ਵਰਕ ਆਥੋਰਾਈਜੇਸ਼ਨ ਲਈ ਫਾਈਲ ਕੀਤੀ ਵੀ ਆ ਉਹਦਾ ਹਾਲੇ ਕੋਈ ਇਫੈਕਟ ਨਹੀਂ ਹੋਣਾ ਐਸ ਲੌਂਗ ਐਸ ਸਾਡੀ ਐਪਲੀਕੇਸ਼ਨ ਹਾਲੇ ਚੱਲ ਰਹੀ ਆ ਤੇ ਕੋਈ ਡਿਸੀਜਨ ਨਹੀਂ ਹਾਲੇ ਆਇਆ ਠੀਕ ਹੈ ਜੀ ਤੇ ਇੱਕ ਦਿਨ ਜਿਨ੍ਹਾਂ ਨੇ ਹੁਣ 10-10 ਸਾਲ ਜਾਂ 15 ਸਾਲ ਪਹਿਲਾਂ ਸਿਟੀਜ਼ਨ ਲਈ ਬੈਠਿਆ ਤੇ ਇੰਡੀਆ ਨੂੰ ਜਾਣਦੇ ਆ ਉਹਨਾਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਦੇਖੋ ਪ੍ਰੋਬਲਮ ਤਾਂ ਹਮੇਸ਼ਾ ਆਪਾਂ ਕਹਿ ਸਕਦੇ ਹਾਂ ਸਿਟੀਜ਼ਨ ਯੂ ਨੋ ਜਨਰਲੀ ਅਸੀਂ ਵੇਖਦੇ ਹਾਂ ਕਿ ਕੋਈ ਇਹੋ ਜਿਹੀ ਜਿਹਨੂੰ ਇੱਕ ਵਾਰੀ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਮੋਸਟ ਲਾਈਕਲੀ ਤੁਸੀਂ ਉਹਨੂੰ ਪ੍ਰੋਟੈਕਟਡ ਹੁੰਦੇ ਹਾਊਐਵਰ ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਆ ਜਦੋਂ ਤੁਸੀਂ ਬਰਥ ਤੇ ਦਿਨ ਤੁਹਾਨੂੰ ਮਿਲਦੀ ਤੁਹਾਨੂੰ ਹੋਰ ਕੋਈ ਚਾਰੇ ਤੇ ਮਿਲਦੀ ਆ ਅਮਰੀਕਨ ਸਾਨੂੰ ਰੁਕਣਾ ਪਏਗਾ ਸਾਡੀ ਟੈਕਨੀਕਲ ਪ੍ਰੋਬਲਮ ਕਰਕੇ ਜਿਹੜੀ ਆਵਾਜ਼ ਆ ਸਾਡੇ ਵਿਊਅਰਸ ਜੀ ਉਹ ਔਨ ਏਅਰ ਨਹੀਂ ਜਾ ਰਹੀ ਲੇਕਿਨ ਅਸੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਮੈਨੂੰ ਇੱਥੇ ਬ੍ਰੇਕ ਲਈ ਰੁਕਣਾ ਪੈ ਰਿਹਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਅਤੇ ਮੈਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦਾ ਅਸੀਂ ਇੱਕ ਅਰਜੈਂਟ ਬ੍ਰੇਕ ਲੈ ਲਈ ਸੀ ਕਿ ਟੈਕਨੀਕਲ ਪ੍ਰੋਬਲਮ ਆ ਗਈ ਸੀ ਲੇਕਿਨ ਅਸੀਂ ਉਹਨੂੰ ਸੁਲਝਾ ਲਿਆ ਸਾਡੇ ਕਾਲਰ ਜਿਹੜੇ ਸੀ ਉਹਨਾਂ ਨੇ ਇੱਕ ਅਹਿਮ ਸਵਾਲ ਪੁੱਛਿਆ ਕਿ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲੈ ਕੇ ਸਿਟੀਜ਼ਨਸ਼ਿਪ ਲਿੱਤੀ ਹੈ ਕਿ ਉਹਨਾਂ ਨੂੰ ਵੀ ਖਤਰਾ ਹੈ ਕਿ ਉਹ ਵੀ ਨਹੀਂ ਹੁਣ ਇੰਡੀਆ ਜਾ ਸਕਦੇ ਪ੍ਰੀਤ ਹਾਂਜੀ ਸੋ ਕੁਇਕ ਆਨਸਰ ਇਹ ਹੈ ਕਿ ਯੂਜਲੀ ਅਸੀਂ ਵੇਖਦੇ ਹਾਂ ਕਿ ਇੱਕ ਵਾਰੀ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਜਨਰਲੀ ਯੂਅਰ ਓਕੇ ਪਰ ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਕੋਈ ਬੇਸਿਸ 'ਤੇ ਮਿਲਦੀ ਆ ਮਤਲਬ ਕਿ ਤੁਹਾਡਾ ਬਰਥ ਰਾਈਟ ਨਹੀਂ ਸੀਗਾ ਰਾਈਟ ਗਵਰਨਮੈਂਟ ਹਮੇਸ਼ਾ ਰਿਜ਼ਰਵ ਕਰਦੀ ਹੈ ਕਿ ਜੇ ਸਾਨੂੰ ਪਤਾ ਲੱਗਦਾ ਕਿ ਤੁਹਾਡੀ ਐਪਲੀਕੇਸ਼ਨ ਵਿੱਚ ਕੁਝ ਗਲਤ ਸੀਗਾ ਜਾਂ ਫਰਾਡ ਸੀਗਾ ਉਹ ਹਮੇਸ਼ਾ ਤੁਹਾਡੀ ਸਿਟੀਜ਼ਨਸ਼ਿਪ 'ਚ ਮੌਕਾ ਹੈਗਾ ਕਿ ਉਹ ਤੁਹਾਡੀ ਸਿਟੀਜ਼ਨਸ਼ਿਪ ਨੂੰ ਰਿਵੋਕ ਕਰ ਸਕਦੇ ਆ ਤੇ ਅਜਿਹੇ ਕੇਸਿਸ ਹੋਏ ਆ ਮੇਬੀ ਨਾਟ ਫਾਰ ਅਸਾਈਲਮ ਪਰ ਹੋਰ ਡਿਫਰੈਂਟ ਰੀਜ਼ਨਸ ਲਈ ਓਕੇ ਓਕੇ ਸਾਡੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਆਪਣੀ ਗੱਲ ਰੱਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਜੀ ਗੱਲ ਇਸ ਤਰ੍ਹਾਂ ਹੈ ਜੀ ਵੀ ਜਿਹੜਾ ਮੋਦੀ ਵੀ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਹੱਕ 'ਚ ਨਹੀਂ ਆ ਇਹ ਸਿਰਫ ਇਲੈਕਸ਼ਨ ਸਟੰਟ ਹੀ ਆ ਕੈਪਟਨ ਦਾ ਹਾਲੇ ਤੋਂ ਟਰੂਡੋ ਨੇ ਪਰਸੋਂ ਥੋੜੇ ਦਿਨ ਪਹਿਲਾਂ ਜਿਹੜਾ ਫੈਸਲਾ ਕੀਤਾ ਸੀ ਉਹਦੇ ਖਿਲਾਫ ਬੋਲਿਆ ਇਹ ਤਾਂ ਇਹਨਾਂ ਨੂੰ ਹਾਰ ਦੀ ਸੀ ਕਰਕੇ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਤਾਂ ਸਿਰਫ ਮੁੱਦਾ ਬਣਾਇਆ ਅਦਰਵਾਈਜ਼ ਨਹੀਂ ਸਾਲਮ ਵਾਲਿਆਂ ਨੂੰ ਵੜਨ ਨਹੀਂ ਦੇਣਾ ਤੁਸੀਂ ਇਹ ਜੋ ਮਰਜ਼ੀ ਕਰ ਲਓ ਠੀਕ ਹੈ ਇਹ ਸਿਰਫ ਵੋਟਾਂ ਵੋਟਾਂ ਲਈ ਆ ਠੀਕ ਹੈ ਜੀ ਠੀਕ ਹੈ ਜੀ ਉਹ ਕੋਈ ਵੀ ਸੱਚਾਈ ਨਹੀਂ ਹੋ ਸਕਦੀ ਮਿਹਰਬਾਨੀ ਮਿਹਰਬਾਨੀ ਤੁਹਾਡੀ ਆਪਣੇ ਸੁਝਾਅ ਦੇਣ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹੋ ਆਪਣੀ ਗੱਲ ਰੱਖ ਸਕਦੇ ਹੋ ਹੈਲੋ ਇਹਨਾਂ ਦਾ ਕੁਐਸਚਨ ਸੋਲਵ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ 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 ਆਪਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜੇ ਉੱਥੇ ਪੁਲਿਸ ਦੇ ਭਗੌੜੇ ਹੈਗੇ ਨੇ ਜੋ ਹੈਗੇ ਨੇ ਉਹਨਾਂ ਉਹ ਤਾਂ ਨਾ ਪਹਿਲਾਂ ਜਾ ਸਕਦੇ ਸੀ ਨਾ ਹੁਣ ਜਾਣ ਆਪਣਾ ਦੇਣਗੇ ਉਹਨਾਂ ਨੂੰ ਜਿਹੜੇ ਆਮ ਬੰਦੇ ਨੇ ਜੀ ਜਿਹਨਾਂ ਦਾ
ਜਾਂ ਪੋਲੀਟੀਕਲ ਅਸਲਮ ਹੋ ਗਏ ਇੱਥੇ ਪਾਸਪੋਰਟ ਬਣੇ, ਉਹਨਾਂ ਨੂੰ ਇੰਡੀਆ ਦਾ ਪਾਸਪੋਰਟ ਦੀ ਲੋੜ ਹੀ ਨਹੀਂ ਹੈਗੀ। ਜਿਹੜੇ ਬੰਦੇ ਨੂੰ ਓ ਸੀ ਆਈ ਚਾਹੀਦੀ, ਉਹਨਾਂ ਨੂੰ ਓ ਸੀ ਆਈ ਤਾਂ ਆਮ ਉਹ ਦੇ ਰਹੇ ਨੇ 2012 ਤੋਂ ਬਾਅਦ, ਅਤੇ ਹੁਣ ਕਿਹੜੀ ਉਹ ਨਈ ਚੀਜ਼ ਆ। ਤਾਂ ਜਿਹੜੇ ਜਿਹੜੇ ਬੰਦਿਆਂ 'ਤੇ ਗਲਤ ਕੇਸ ਪਾਏ ਹੋਏ ਨੇ ਉਹ ਦੇਸ਼ ਆਪਣਾ ਦਰੋਹ ਦੇ, ਜਾਂ ਤਾਂ ਉਹਨਾਂ ਨੂੰ ਜਾਣ ਦੀ ਆਗਿਆ ਉਹ ਦੇਣ, ਫਿਰ ਤਾਂ ਗੱਲ ਹੈਗੀ ਵੀ। ਆਮ ਲੋਕੀ ਤਾਂ ਜਾ ਰਹੇ ਨੇ, ਆਮ ਲੋਕਾਂ ਦਾ ਤਾਂ ਕੋਈ ਰਿਕਾਊਟ ਹੀ ਨਹੀਂ ਹੈਗੀ। ਠੀਕ ਹੈ ਜੀ, ਠੀਕ ਹੈ ਜੀ, ਆਪਾਂ ਲੈ ਲੈਂਦੇ ਹਾਂ ਸਾਡੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਲੋਸ ਏਂਜਲਸ ਤੋਂ ਅਰਜ਼ ਕਰਦਾ ਜੀ। ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਿੰਘ ਜੀ, ਠੀਕ ਹੋ ਜੀ? ਅੱਛਾ ਜੀ, ਮੈਂ ਇਹ ਜਾਣਨਾ ਚਾਹੁੰਦਾ ਜੀ, ਜਿਹੜਾ ਪਿਛਲੇ ਦਿਨੀ ਭਾਰਤ ਸਰਕਾਰ ਨੇ ਕਾਲੀ ਸੂਚੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ, ਇਹ ਉਹੀ ਕਾਲੀ ਸੂਚੀ ਹੈ ਜੋ ਪਿਛਲੇ ਕਈ ਸਾਲਾਂ ਦੇ ਵਿੱਚ ਚਰਚਾ 'ਚ ਰਹੀ ਆ, ਅਤੇ ਇਸ ਸੂਚੀ ਦੇ ਵਿੱਚ ਵਿਅਕਤੀ ਕਦੇ ਘੱਟਦੇ ਕਦੇ ਵੱਧਦੇ ਰਹੇ ਨੇ। ਇਹ ਫੈਸਲਾ ਉਹਨਾਂ 'ਤੇ ਲਾਗੂ ਹੋਊਗਾ ਕਿ ਸਾਰੇ ਅਸਾਇਲਮ ਬੇਸਡ ਲੋਕਾਂ 'ਤੇ ਲਾਗੂ ਹੋਊਗਾ? ਥੈਂਕ ਯੂ ਵੈਰੀ ਮੱਚ। ਠੀਕ ਹੈ ਜੀ ਸ਼ਮਸ਼ੇਰ ਸਿੰਘ ਜੀ, ਹਜੇ ਹਾਲ ਫਿਲਹਾਲ ਦੇ ਵਿੱਚ ਜਿਹੜੀ ਖਬਰ ਆਈ ਹੈ ਉਹ ਤਾਂ ਇਹੀ ਸਾਨੂੰ ਦੱਸਦੀ ਹੈ ਕਿ ਜਿਨ੍ਹਾਂ ਨੇ ਵੀ ਪੋਲੀਟੀਕਲ ਸਟੇ ਲਿੱਤਾ ਉਹ ਆ ਸਕਦੇ ਹਨ, ਲੇਕਿਨ ਅਸੀਂ ਤੁਹਾਨੂੰ ਜ਼ਰੂਰ ਅਪਡੇਟ ਦਿੰਦੇ ਰਹਾਂਗੇ, ਕਿਉਂਕਿ ਅਸੀਂ ਇਹ ਵੀ ਇੱਥੇ ਸਵਾਲ ਵੱਡਾ ਖੜਾ ਕੀਤਾ ਹੋਇਆ ਕਿ ਕੀ ਹੈ ਸਿਰਫ ਇੱਕ ਇਲੈਕਸ਼ਨ ਸਟੰਟ ਹੈ ਜਾਂ ਕਿ ਵਾਕਈ ਹੀ ਬੀਜੇਪੀ ਜਾਂ ਫਿਰ ਭਾਰਤ ਸਰਕਾਰ ਵਚਨਬੰਦ ਹੈ ਇਸ ਫੈਸਲੇ ਨੂੰ ਲੈ ਕੇ। ਤੁਹਾਡੇ ਤੁਹਾਡੇ ਕੋਲ ਜ਼ਰੂਰ ਜਾਣਕਾਰੀ ਆਪਾਂ ਲੈ ਕੇ ਆਵਾਂਗੇ, ਲੇਕਿਨ ਸਾਡੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ ਭਾਜੀ, ਮੈਂ ਤਾਂ ਜਿਹੜੇ ਜਿਨ੍ਹਾਂ ਨੇ ਵੀ ਲੋਕਾਂ ਨੇ ਅਸਾਇਲਮ ਲਈ ਆ ਅਮਰੀਕਾ 'ਚ, ਆਈਦਰ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਤੁਸੀਂ ਇੱਥੇ ਦੀ ਸਿਟੀਜ਼ਨਸ਼ਿਪ ਲੈ ਲਈ ਆ ਜੀ, ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਡੋਂਟ ਗੋ ਬੈਕ ਟੂ ਇੰਡੀਆ। ਉਹਦਾ ਕਾਰਨ ਇਹ ਆ ਵੀ ਦੇਖੋ, ਜਦੋਂ ਤੁਸੀਂ ਅਸਾਇਲਮ ਉਸ ਕੰਟਰੀ ਦੇ ਅਗੇਂਸਟ ਲਈ ਆ, ਫਿਰ ਸਾਨੂੰ ਅਮਰੀਕਾ ਵਾਲੇ ਇਹ ਗੱਲ ਪੁੱਛ ਸਕਦੇ ਆ ਵੀ ਤੁਸੀਂ ਤਾਂ ਕਹਿੰਦੇ ਸਾਨੂੰ ਉੱਥੇ ਖਤਰਾ ਆ, ਫਿਰ ਵਾਈ ਡਿਡ ਯੂ ਗੋ ਬੈਕ? ਇਹ ਉਹਨਾਂ ਲਈ ਫਿਊਚਰ ਦੇ ਵਿੱਚ ਜਿਹੜੇ ਵੀ ਲੋਕ ਜਾ ਰਹੇ ਆ ਫਿਊਚਰ ਦੇ ਵਿੱਚ, ਹੁਣ ਜਿੱਦਾਂ ਹੁਣ ਟਰੰਪ ਆ, ਕੱਲ ਨੂੰ ਇਹ ਆਰਡਰ ਕਰ ਦੇਵੇ ਜੀ ਸਾਰਿਆਂ ਦੇ ਕੇਸ ਚੈੱਕ ਕਰੋ, ਜਿਹੜੇ ਲੋਕ ਵਾਪਸ ਗਏ ਆ ਜਿਹਨਾਂ ਨੂੰ ਖਤਰਾ ਕਿਉਂ ਗਏ, ਸਾਰਿਆਂ ਦੇ ਕੇਸ ਰਿਵੋਕ ਕਰ ਦੇਣਗੇ ਫੜ ਕੇ। ਇਸ ਕਰਕੇ ਅਸਾਇਲਮ ਸੀਕਰ ਜਿੰਨੇ ਵੀ ਹੈਗੇ ਆ, ਮੈਂ ਇਹਨਾਂ ਨੂੰ ਬੇਨਤੀ ਕਰਦਾ, ਪਲੀਜ਼ ਡੋਂਟ ਗੋ ਬੈਕ, ਅਦਰਵਾਈਜ਼ ਸਾਡੇ ਕੇਸ ਸਾਰਿਆਂ ਦੇ ਟਰਮੀਨੇਟ ਹੋ ਸਕਦੇ ਆ ਫਿਊਚਰ ਦੇ ਵਿੱਚ, ਕਿਉਂਕਿ ਮੈਂ ਭੈਣ ਜੀ ਹੁਣਾਂ ਨੂੰ ਪਤਾ ਇਸ ਵੇਲੇ ਅਮਰੀਕਾ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਆ ਜਿਹੜਾ ਇਹ ਸਾਰੇ ਸਿਸਟਮ ਨੂੰ ਚੇਂਜ ਕਰਨ ਨੂੰ ਫਿਰਦਾ, ਇਹਦੇ ਵਿੱਚ ਇਹ ਚੀਜ਼ ਵੀ ਲਿਆ ਸਕਦੇ ਆ। ਤੁਸੀਂ ਗੱਲ ਬਹੁਤ ਸਹੀ ਕੀਤੀ, ਪਤਾ ਕੀ ਹੈ 2 ਸੈਕਿੰਡ ਵਿੱਚ ਤੁਹਾਡੇ ਰੈਕਰਡ ਪੁੱਲ ਕਰਕੇ ਦੇਖ ਸਕਦੇ ਤੁਸੀਂ ਕਦੋਂ ਆ ਰਹੇ ਕਦੋਂ ਜਾ ਰਹੇ ਹਾਂ, ਤੇ ਹਮੇਸ਼ਾ ਮੈਂ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਹੁਣ ਵਾਪਸ ਨਹੀਂ ਜਾਣਾ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਗੱਲ ਰੱਖ ਸਕਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਇਹ ਪੁੱਛਣਾ ਆ ਕਿ ਮੈਂ ਆਪਣੀ ਵਾਈਫ ਦਾ ਗ੍ਰੀਨ ਕਾਰਡ ਤੇ ਮੈਂ ਅਪਲਾਈ ਕੀਤਾ ਸੀਗਾ ਜੀ, ਤਾਂ ਪਲੀਜ਼ ਮੈਂ ਇਹੀ ਪੁੱਛਣਾ ਚਾਹੁੰਦਾ, ਇਹ ਦੱਸ ਸਕਦੇ ਹੋ ਕਿਹੜਾ ਜਾਣ ਕੇ ਮਹੀਨਾ ਚੱਲ ਰਿਹਾ ਹੁਣ? ਆਪਾਂ ਤੁਸੀਂ ਨਾ ਸਾਡੇ ਬਾਅਦ ਸ਼ਾਮ ਨੂੰ ਤੁਸੀਂ ਜੇ ਸਾਨੂੰ ਬਾਅਦ ਫੋਨ ਕਰਿਓ, ਅਸੀਂ ਰਾਈਟ ਨਾ ਅਸਾਇਲਮ ਬਾਰੇ ਗੱਲ ਕਰ ਰਹੇ ਹਾਂ। ਠੀਕ ਹੈ, ਆਪਾਂ ਤੁਹਾਡੀ ਕਾਲ ਨੂੰ ਜ਼ਰੂਰ ਲਵਾਂਗੇ, ਤੁਸੀਂ ਮੈਨੂੰ ਮੁੱਦੇ ਤੋਂ ਬਾਅਦ ਜਾਣੀ ਕਿ ਜਦ ਅਸੀਂ ਕਲੋਜ਼ ਕਰਾਂਗੇ ਤੁਸੀਂ ਮੈਨੂੰ ਕਾਲ ਕਰ ਲਿਓ, ਮੈਂ ਤੁਹਾਡੀ ਗੱਲ ਕਰਾ ਦਾਂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਨਿਊਜ਼ ਤੇ ਬੜੀ ਵਧੀਆ ਜੀ, ਬੜੀ ਇਨਕਰੇਜਿੰਗ ਹੈਗੀ ਹੈ, ਸਾਰੇ ਖੁਸ਼ ਨੇ ਨਿਊਜ਼ ਨੂੰ ਸੁਣ ਕੇ ਜੀ, ਪਰ ਇਹ ਜੇ ਇਹ ਨਿਊਜ਼ ਪ੍ਰੈਕਟੀਕਲੀ ਇੰਪਲੀਮੈਂਟ ਵੀ ਹੋਵੇ ਤਾਂ ਸਭ ਤੋਂ ਵਧੀਆ ਹੋਵੇਗੀ। ਜੀ 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 ਜੀ, ਉਹੀ ਉਹੀ ਤਾਂ ਮੇਨ ਗੱਲ ਹੈਗੀ ਹੈ ਕਿ ਇੰਪਲੀਮੈਂਟ ਕਿਵੇਂ ਹੋਏਗੀ, ਕਿ ਵਾਕਈ ਹੈ ਖੁਸ਼ਖਬਰੀ ਹੈਗੀ ਹੈ ਕਿ ਜਾਂ ਫਿਰ ਸਿਰਫ ਇੱਕ ਵੱਡਾ ਇਲੈਕਸ਼ਨ ਸਟੰਟ ਹੈ। ਖੁਸ਼ਖਬਰੀ ਹੁੰਦੀ ਹੈ ਜੀ, ਕੱਲੀ ਖਬਰੀ ਹੁੰਦੀ ਹੈ, ਅਜੇ ਤਾਂ ਖਬਰੀ ਹੈ, ਖੁਸ਼ਖਬਰੀ ਤਾਂ ਉਦੋਂ ਬਣੇਗੀ ਜਦੋਂ ਇੱਥੇ ਸਾਡੇ ਸਾਰੇ ਵੀਰ ਬੈਠੇ ਨੇ, ਉਹਨਾਂ ਨੂੰ ਕੋਈ ਰਾਹਤ ਮਿਲੇਗੀ। ਠੀਕ ਹੈ, ਪ੍ਰੀਤ, ਮੈਨੂੰ ਉਹੀ ਮੇਰੇ ਸਵਾਲ ਜ਼ਿਹਨ ਦੇ ਵਿੱਚ ਬਾਰ ਬਾਰ ਆ ਰਿਹਾ ਕਿ ਠੀਕ ਹੈ ਉੱਥੋਂ ਦੀ ਚਲੋ ਇੱਕ ਖੁਸ਼ਖਬਰੀ ਤਾਂ ਆ ਗਈ, ਬਟ ਫਰੋਮ US ਪੁਆਇੰਟ ਆਫ ਵਿਊ ਯੂ ਥਿੰਕ ਇਟ ਇਜ਼ ਅ ਖੁਸ਼ਖਬਰੀ? ਜਿਵੇਂ ਜਿਹੜਾ ਆਪਣਾ ਇੰਡੀਆ ਦਾ ਡਿਸੀਜਨ ਆ, ਯੂ ਨੋ ਇਟਸ ਹਾਰਡ ਟੂ ਸੇ, ਬਿਕੋਜ਼ ਉਹੀ ਤਾਂ ਮੈਂ ਹਮੇਸ਼ਾ ਕਹਿ ਰਹੀ ਨਾ, ਜਿਹੜੇ ਆਪਣੇ ਕਾਲਰ ਨੇ ਸਭ ਤੋਂ ਵਧੀਆ ਗੱਲ ਆਖੀ ਸੀਗੀ, ਜਦੋਂ ਤੁਸੀਂ ਡਿਸਾਈਡ ਕੀਤਾ ਕਿ ਤੁਸੀਂ ਅਸਾਇਲਮ ਮੰਗਣੀ ਆ, ਹੁਣ ਤੁਸੀਂ ਵਾਪਸ ਜਾ ਕੇ ਕੀ ਕਰਨ ਲੱਗੇ ਆ? ਰਾਈਟ, ਐਂਡ ਅਗੇਨ, ਹਮੇਸ਼ਾ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਲਈ ਅਪਲਾਈ ਕਰਦੇ ਆ, ਲਾਈਕ ਗ੍ਰੀਨ ਕਾਰਡ ਹੋਏ, ਸਿਟੀਜ਼ਨਸ਼ਿਪ ਹੋਏ, ਕੁਛ ਵੀ ਹੋਏ, ਹਮੇਸ਼ਾ ਉਹਦੇ ਵਿੱਚ ਇੱਕ ਕੰਟਰੈਕਟ ਹੁੰਦਾ ਇਮੀਗ੍ਰੇਸ਼ਨ ਨਾਲ, ਕਿ ਜੇ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਇਹ ਲਿੱਤਾ ਬਿਕੋਜ਼ ਆਫ ਫਰੋਡ ਜਾਂ ਕੋਈ ਇਹੋ ਜਿਹੀ ਗੱਲ ਆ, ਜਾਂ ਤੁਹਾਡੇ ਚੇਂਜ ਹੋ ਗਏ ਤੁਹਾਡੇ ਹਾਲਾਤ, ਅਸੀਂ ਇਹਨੂੰ ਰਿਵੋਕ ਕਰ ਸਕਦੇ ਹਾਂ, ਰਾਈਟ? ਸੋ ਬਿਸਾਈਡਸ, ਹਾਂ, ਓਨਲੀ ਚੀਜ਼ ਜਿਹੜੀ ਮੈਨੂੰ ਚੰਗੀ ਲੱਗੀ ਸੀ ਕਿ ਮੇ ਬੀ ਕਈ ਵਾਰ ਉਹਨਾਂ ਨੂੰ ਪਾਸਪੋਰਟ ਮਿਲ ਸਕਦਾ, ਬਿਕੋਜ਼ ਕਈ ਵਾਰ ਕੀ ਹੁੰਦਾ ਆਪਣੇ ਇੰਡੀਵਿਜੁਅਲ, ਉਹਨਾਂ ਨੂੰ ਅਸਾਇਲਮ ਤਾਂ ਮਿਲ ਜਾਂਦਾ,
ਜਾਂਦੀ ਆ ਤੇ ਉਹ ਹਲੇ ਵੇਟ ਕਰ ਰਹੇ ਆ, ਗ੍ਰੀਨ ਕਾਰਡ ਲਈ ਵੇਟ ਕਰ ਰਹੇ ਆ, ਤੁਹਾਨੂੰ ਥੋੜਾ ਟਾਈਮ ਲੱਗਦਾ ਤੇ ਉਹਨਾਂ ਦੇ ਪਾਸਪੋਰਟ ਐਕਸਪਾਇਰ ਹੋ ਜਾਂਦੇ ਆ, ਰਾਈਟ? ਸੋ ਕਈ ਵਾਰ ਇਹੋ ਜਿਹੀ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਮੇਬੀ ਉਹਦੇ ਲਈ ਬੈਨੀਫਿਸ਼ਲ ਹੋਏ, ਬਟ ਜਿਹੜਾ ਹੈਗਾ ਨਿਊਜ਼ ਕਿ ਤੁਸੀਂ ਵਾਪਸ ਜਾ ਸਕਦੇ ਆ, ਐਜ਼ ਅ ਲੋਇਰ ਆਈ ਡੋਂਟ ਥਿੰਕ ਦੈਟ ਇਟਸ ਅ ਗੁੱਡ ਆਈਡੀਆ। ਮੈਂ ਛੇਤੀ ਆਪਣੇ ਹੋਰ ਵੀ ਕਾਲਰਸ ਉਹਨਾਂ ਦੇ ਵੀ ਲੈ ਲਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਆਪਣੀ ਗੱਲ ਰੱਖ ਸਕਦੇ ਹੋ। ਹੈਲੋ, ਮੈਂ ਚਤਰ ਸਿੰਘ ਸੈਣੀ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਚਤਰ ਸਿੰਘ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਨਾ ਮੋਦੀ ਸਰਕਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਇਹ ਇੱਥੋਂ ਦੇ ਓਵਰਸੀਜ਼ ਬੀਜੇਪੀ ਤੇ ਸਿੱਖ ਡੈਲੀਗੇਟਸ ਜਿਹੜੇ ਸੀਗੇ ਉਹ ਮੋਦੀ ਸਾਹਿਬ ਨੂੰ ਤੇ ਸੁਸ਼ਮਾ ਨੂੰ ਮਿਲੇ ਸੀਗੇ ਜਨਵਰੀ ਦੇ ਵਿੱਚ ਇਸੇ ਮੁੱਦੇ ਤੇ। ਠੀਕ ਹੈ ਜੀ। ਉਹਨਾਂ ਦਾ ਜਿਹੜਾ ਫੈਸਲਾ ਇਹ ਬੜਾ ਵਧੀਆ, ਕਿਉਂ ਬਹੁਤ ਸਾਰੇ ਬੰਦਿਆਂ ਨੂੰ ਪਾਸਪੋਰਟ ਨਹੀਂ ਸੀ ਮਿਲਦਾ। ਠੀਕ ਹੈ ਜੀ। ਜਿਹੜਾ ਵੀਜ਼ਾ ਮਿਲਦਾ ਹੈਗਾ, ਵੀਜ਼ੇ ਦੀ ਵੀ ਉਹਨਾਂ ਨੇ ਬੜੀ ਰਾਹਤ ਦਿੱਤੀ ਆ ਤੇ ਪਾਸਪੋਰਟ ਵੀ ਦਿੱਤੀ ਆ। ਅਸੀਂ ਇਹ ਪੋਲੀਟੀਕਲ ਸਟੰਟ ਨਹੀਂ ਹੈਗਾ, ਇਲੈਕਸ਼ਨਾਂ ਵਾਸਤੇ ਨਹੀਂ ਹੈਗਾ, ਇਹਦੇ ਪਿੱਛੇ 4-5 ਸਾਲ ਦੀ ਮਿਹਨਤ ਹੈਗੀ ਆ। ਇੱਥੇ ਡਾਕਟਰ ਡੱਪਾ ਪ੍ਰਸ਼ਾਦ ਵੀ ਹੈਗੇ ਨੇ ਓਵਰਸੀਜ਼ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਸਾਡੇ ਨਾਲ ਮਿਲ ਕੇ ਕਈ ਵਾਰੀ ਮੀਟਿੰਗਾਂ ਕੀਤੀਆਂ ਭਾਰਤੀ ਮਿਸ਼ਨ ਦੇ ਨਾਲ। ਇਹ ਬੜੀ ਦੇਰ ਦਾ 4-5 ਸਾਲਾਂ ਤੋਂ ਚੱਲ ਰਿਹਾ ਇਹ, ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਭਾਰਤ ਦਾ। ਜਿਹੜੇ ਬੰਦੇ ਵਿਚਾਰੇ ਇੱਥੇ ਬੈਠੇ ਨੇ ਬੜੀ ਦੇਰ ਦੇ, ਉਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲ ਜਾਊਗਾ। ਪੇਰੈਂਟਸ ਨੇ ਬੱਚੇ ਸਮਝ ਗਏ ਜੀ, ਮਿਹਰਬਾਨੀ ਤੁਹਾਡੀ। ਲੇਕਿਨ ਮੈਂ ਇੱਥੇ ਜ਼ਰੂਰ ਇਹ ਗੱਲ ਨੂੰ ਕਹਿਣਾ ਚਾਹਾਂਗਾ ਕਿ ਇੰਡੀਆ ਨੇ ਆਪਣੀ ਜ਼ਿੰਮੇਵਾਰੀ ਕਰਤੀ, ਲੇਕਿਨ ਇੰਡੀਆ ਨੂੰ ਆਹ ਪਤਾ ਕਿ ਪੋਲੀਟੀਕਲ ਜਿਹਨਾਂ ਨੇ ਲਿੱਤੀ ਉਹ ਆ ਤਾਂ ਸਕਦੇ ਹੀ ਨਹੀਂ, ਇਸ ਕਰਕੇ ਇਹ ਸਿਆਸੀ ਗਲਿਆਰੇ ਤੋਂ ਹਵਾ ਛੱਡ ਦਿਉ ਔਰ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਹਨ ਔਰ ਖੁਸ਼ ਕਰ ਦਿਉ। ਲੇਕਿਨ ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਤੁਹਾਨੂੰ ਪਲ ਪਲ ਦੀ ਜਾਣਕਾਰੀ ਅਤੇ ਅਪਡੇਟ ਦਿੰਦਾ ਰਹੇਗਾ ਔਰ ਇਸ ਮੰਚ ਦੇ ਉੱਤੇ ਹੀ ਅਸੀਂ ਉਹਨਾਂ ਸਾਰੇ ਸਿਆਸਤਦਾਨਾਂ ਨੂੰ ਵੀ ਲੈ ਕੇ ਆਵਾਂਗੇ ਜੋ ਆਪਣੀ ਪਿੱਠ ਥਪਥਪਾ ਰਹੇ ਹਨ ਔਰ ਕਹਿ ਰਹੇ ਹਨ ਕਿ ਅਸੀਂ NRI ਭਰਾਵਾਂ ਨੂੰ ਖੁਸ਼ ਕਰਤਾ, ਹੁਣ ਉਹ ਜਾ ਸਕਦੇ ਹਨ ਆਪਣੀ ਧਰਤੀ ਦੇ ਉੱਤੇ। ਲੇਕਿਨ ਸਵਾਲ ਇੱਥੇ ਵੱਡਾ ਇਹੀ ਬਣਦਾ ਕਿ ਤੁਸੀਂ ਖੁਸ਼ ਕੀਤਾ ਜਾਂ ਫਿਰ ਤੁਸੀਂ ਇਲੈਕਸ਼ਨ ਸਟੰਟ ਕੀਤਾ। ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ, ਅੱਜ ਦੇ ਇਸ ਮੰਚ ਦੇ ਉੱਤੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਪ੍ਰੀਤ, ਜਦੋਂ ਜਦੋਂ ਕੋਈ ਤੁਸੀਂ ਗੱਲ ਸਾਡੇ ਦਰਸ਼ਕਾਂ ਲਈ ਕਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਬਸ ਇਹੀ ਕਹਿਣਾ ਸੀਗਾ, ਥੈਂਕ ਯੂ ਤੁਹਾਡਾ, ਹੈ ਨਾ, ਸਾਡੇ ਇੱਥੇ ਮੇਰੀ ਮੈਨੂੰ ਚਾਂਸ ਦਿੱਤਾ ਗੱਲ ਕਰਨ ਦਾ, ਬਹੁਤ ਚੰਗਾ ਲੱਗਾ, ਤੁਹਾਡੇ ਸਾਰੇ ਕੁਐਸਚਨ ਦਾ ਵੀ ਬਹੁਤ ਚੰਗਾ ਲੱਗਾ। ਪਰ ਮੈਂ ਫਿਰ ਵੀ ਇੱਕ ਵਾਰੀ ਫਿਰ ਕਹੂੰਗੀ, ਜੇ ਅਸਾਈਲਮ ਲਿੱਤਾ, ਠੀਕ ਆ ਨਾ, ਇੰਡੀਆ ਜਾਣ ਦਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ, ਆਈ ਗੈਟ ਇਟ, ਯੂ ਨੋ, ਪਰ ਤੁਸੀਂ ਜਦੋਂ ਤੁਸੀਂ ਡਿਸੀਜਨ ਲਿੱਤਾ ਕਿ ਮੈਂ ਅਸਾਈਲਮ ਮੰਗਣੀ ਆ, ਉਦੋਂ ਤੁਸੀਂ ਡਿਸਾਈਡ ਕੀਤਾ ਕਿ ਤੁਸੀਂ ਕਹਿ ਰਹੇ ਕਿ ਇਹ ਜਿਹੜਾ ਕੰਟਰੀ ਆ ਇਹ ਮੇਰੇ ਲਈ ਥ੍ਰੈਟ, ਮੇਰਾ ਖਤਰਾ। ਸੋ ਮੈਂ ਇਹੀ ਬੇਨਤੀ ਕਰੂੰਗੀ, ਜਿਵੇਂ ਇਹਨਾਂ ਨੇ ਪਹਿਲਾਂ ਆਖਿਆ ਸੀਗਾ, ਇਹੀ ਮੈਂ ਕਹੂੰਗੀ ਸਾਰਿਆਂ ਨੂੰ ਕਿ ਇਹ ਤੁਸੀਂ ਸਾਰਿਆਂ ਨੇ ਸੋਚ ਸਮਝ ਕੇ ਜਿਹੜੇ ਡਿਸੀਜਨ ਲੈਣੇ ਆ। ਇਹ ਨਹੀਂ ਆ ਕਿ ਮੈਂ ਜਾ ਕੇ ਕਿਸੇ ਦੇ ਵਿਆਹ 'ਤੇ ਅਟੈਂਡ ਕਰਨਾ, ਇਟ ਰੀਅਲੀ ਹੈਜ਼ ਟੂ ਬੀ ਸਮਥਿੰਗ ਸੀਰੀਅਸ, ਰਾਈਟ? ਸੋ ਬੇਸ ਔਨ ਦੈਟ, ਜਦੋਂ ਵੀ ਤੁਸੀਂ ਕੋਈ ਡਿਸੀਜਨ ਲੈਣੇ ਆ ਉਹਦੇ ਹੁਣ ਮਗਰ ਚੱਲੋ ਤੇ ਧਿਆਨ ਨਾਲ ਚੱਲੋ, ਠੀਕ ਹੈ? ਜੇਕਰ ਮੈਂ ਆਪਣੇ ਦਰਸ਼ਕਾਂ ਦੀ, ਮੈਂ ਉਹਨਾਂ ਤੋਂ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦਾ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਪਿੱਕ ਕਰ ਪਾਇਆ, ਪਰ ਤੁਸੀਂ ਮੈਨੂੰ ਮੇਲ ਕਰ ਦਿਓ info@justbroadcasting.com, harkirat@justbroadcasting.com ਦੇ ਉੱਤੇ, ਅਸੀਂ ਜ਼ਰੂਰ ਤੁਹਾਨੂੰ ਰਿਪਲਾਈ ਕਰਾਂਗੇ ਜੋ ਵੀ ਤੁਹਾਡਾ ਸਵਾਲ ਹੋਏਗਾ। ਐਂਡ ਡੈਫੀਨੇਟਲੀ ਮੈਂ ਉਹਨਾਂ ਸਾਰੇ ਕਾਲਰਸ ਨੂੰ ਵੀ ਦਰਖਾਸਤ ਕਰਦਾ ਜੋ ਆਪਣੇ ਸਵਾਲ ਪੁੱਛਣਾ ਚਾਹੁੰਦੇ ਹਨ ਪ੍ਰੀਤ ਨੂੰ, ਸ਼ੀ ਇਜ਼ ਇਨ ਦਾ ਆਫਿਸ। ਅਤੇ ਨਾਲੇ ਮੈਂ ਇੱਕ ਹੋਰ ਵੀ ਅਪੀਲ ਕਰਨਾ ਚਾਹੁੰਦਾ, ਆਉਣ ਵਾਲੇ ਸਮੇਂ ਦੇ ਵਿੱਚ ਸੈਟਰਡੇ ਨੂੰ ਨਵਕਿਰਨ ਕੌਰ ਖਾਲੜਾ, ਜੋ ਕਿ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੱਡੀ ਦੇਣ ਸਾਡੀ ਕੌਮ ਨੂੰ ਦਿੱਤੀ, ਖਾਲੜਾ ਪਰਿਵਾਰ ਜੋ ਕਿ ਖਡੂਰ ਸਾਹਿਬ ਤੋਂ ਉਹਨਾਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਵੀ ਲੜ ਰਹੇ ਹਨ, ਉਹ ਨਿਊਯਾਰਕ ਆ ਰਹੇ ਹਨ ਸੈਟਰਡੇ ਨੂੰ, ਅਤੇ ਤੁਸੀਂ ਜ਼ਰੂਰ ਆ ਕੇ ਉਹਨਾਂ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ। ਤੁਸੀਂ ਜੇਕਰ ਚਾਹੁੰਦੇ ਹੋ ਕਿੱਥੇ ਆ ਰਹੇ ਹਨ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com, ਅਸੀਂ ਤੁਹਾਨੂੰ ਜਾਣਕਾਰੀ ਉੱਥੇ ਵੀ ਦੇ ਦੇਵਾਂਗੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਅਟਾਰਨੀ ਪ੍ਰੀਤ ਗੱਲ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।